ਉਹ ਜਿਹੜੀ ਮੁਹੱਬਤ ਆ ਮੇਰੇ ਖਿਆਲ ਦੇ ਵਿੱਚ ਬਹੁਤ ਪਰਫਾਰਮਡ ਇਮੋਸ਼ਨ ਆ ਦੁਨੀਆ ਦਾ ਸਟਰੋਂਗੇਸਟ ਜਿਹੜੇ ਇਮੋਸ਼ਨ ਜਿਹਦਾ ਨੌ ਰਸ ਅਸੀਂ ਕਹਿੰਦੇ ਆ ਬੇਸਿਕਲੀ ਨੌ ਇਮੋਸ਼ਨਸ ਹੀ ਨੇ ਉਹਨਾਂ ਦੇ ਵਿੱਚੋਂ ਜੇਕਰ ਆਰਟ ਦੇ ਫੀਲਡ ਦੇ ਵਿੱਚ ਅਸੀਂ ਗੱਲ ਕਰੀਏ ਤੇ 90 ਟੂ 95% ਜਿਹੜਾ ਆਰਟ ਪੁੱਤਰੇ ਹੁੰਦਾ ਉਹ ਪਿਆਰ ਜਾਂ ਮੁਹੱਬਤ ਦੇ ਅਹਿਸਾਸ ਦੇ ਚੁਗਿਰਦੇ ਤੇ ਹੁੰਦਾ ਬੇਸਿਕਲੀ 95 ਮੈਂ ਸ਼ਾਇਦ 90 ਟੂ 95 ਦੇ ਅਲਮੈਂਟ ਹੋਗਾ ਬਾਕੀ ਜਿਹੜਾ 5% ਆ ਜਾਂਦਾ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਸੋਸ਼ਲ ਐਸਪੈਕਟਸ ਨੇ ਉਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਨੇ ਉਹਦੇ ਵਿੱਚ ਰਿਲੀਜੀਅਸ ਐਸਪੈਕਟ ਨੇ ਉਹਦੇ ਵਿੱਚ ਸਾਰੇ ਨੇ ਸੋ ਮੁਹੱਬਤ ਇੱਡਾ ਵੱਡਾ ਅ ਦਰਜਾ ਰੱਖਦਾ ਸਾਡੀ ਜ਼ਿੰਦਗੀ ਦੇ ਵਿੱਚ ਔਰ ਜਿਹੜੀ ਉਹਦੀ ਅਹਿਸਾਸियत ਦੀ ਤੁਸੀਂ ਗੱਲ ਕਰਦੇ ਹੋ ਕਿ ਕਦੋਂ ਹੁੰਦਾ ਅ ਮੇਰੇ ਖਿਆਲ ਚ ਇਹਦਾ ਸਭ ਤੋਂ ਵੱਡਾ ਅਹਿਸਾਸ ਤੁਹਾਨੂੰ ਅਡੋਲਸੈਂਸ ਜਦੋਂ ਫਸਟ ਪਹਿਲੀ ਜ਼ਿੰਦਗੀ ਦੀ ਮੁਹੱਬਤ ਹੁੰਦੀ ਹੈ ਉਦੋਂ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਹ ਕੀ ਹੋ ਰਿਹਾ ਇਹਦੀ ਖੂਬੀ ਔਰ ਖੂਬਸੂਰਤੀ ਇਹੀ ਹੈ ਕਿ ਜਦੋਂ ਤੁਹਾਨੂੰ ਮੁਹੱਬਤ ਨਹੀਂ ਤਰ ਪਤਾ ਨਹੀਂ ਲੱਗਦਾ ਫਿਰ ਉਹ ਤੁਸੀਂ ਉਹ ਡਾਇਲੋਗ ਦੇਖਣਾ ਉਹ ਉਹਨੂੰ ਪਤਾ ਨਹੀਂ ਕੀ ਇਹ ਪਿਆਰ ਹੈ ਉਹਨੂੰ ਕਹਿੰਦਾ ਮੈਨੂੰ ਲੱਗਦਾ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੋ ਯਾਰ ਇਹ ਮੇਰੇ ਖਿਆਲ ਚ ਮੁਹੱਬਤ ਨੂੰ ਅ ਬਟਾਰਵੀ ਸਾਹਿਬ ਦੀ ਇੱਕ ਬਹੁਤ ਵੱਡੀ ਕਵਿਤਾ ਹੈ ਹਨਾ ਕਿ ਮੁਹੱਬਤ ਇਸ ਅਹਿਸਾਸ ਦਾ ਨਾਮ ਹੈ ਮੁਹੱਬਤ ਇਸ ਅਹਿਸਾਸ ਦਾ ਨਾਮ ਹੈ ਸੋ ਮੇਰੇ ਹਿਸਾਬ ਦੇ ਨਾਲ ਮੁਹੱਬਤ ਇਹ ਹੈ ਕਿ ਸਿਦਾ ਸਭ ਹੁੰਦੇ ਤੂੰ ਨਿਸਾਰ ਹੋ ਜਾ ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ ਦਿਲਹਾੜ ਤੇ ਸੀ ਆਪਾ ਵਾਰ ਤੇ ਸੀ ਇਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ ਐਸੀ ਆਸ਼ਕੀ ਕਰੀ ਸਰਤਾਜ ਸ਼ੈਰਾ ਕੋਈ ਹੈਰਾਨ ਹੋਵੇ ਤੇ ਗੁਰਬਾਨ ਹੋਵੇ ਜੇਕਰ ਮੁਹੱਬਤ ਨੂੰ ਇੱਕ ਲਫ਼ਜ਼ ਦੇ ਵਿੱਚ ਤੁਸੀਂ ਬਿਆਨ ਕਰਨਾ ਹੈ ਤੇ ਮੇਰੇ ਖਿਆਲ ਸਰੈਂਡਰ ਐਂਡ ਸੈਕਰੀਫਾਈਸ ਤੁਹਾਨੂੰ ਮਹਿਬੂਬ ਦੇ ਲਈ ਤੁਹਾਨੂੰ ਲੱਗਾ ਕਿ ਮੇ ਉਹੀ ਸਾਰਾ ਕੁਝ ਹੈ ਮੈਂ ਫਨਾਇਆ ਜਦੋਂ ਇੱਕ ਮਿਕ ਜਦੋਂ ਹੁੰਦੇ ਆ ਨਾ ਤੁਸੀਂ ਇੱਕ ਵਿੱਚ ਉਹਦੇ ਹੀ ਹੁੰਦੇ ਆ ਬੇਸਿਕਲੀ ਜਦੋਂ ਤੁਸੀਂ ਇਹਦੇ ਵਿੱਚ ਡਿਸਾਲਵ ਹੋ ਜਾਂਦੇ ਆ ਇੱਕ ਹੋ ਜਾਂਦੇ ਆ ਸੋ ਤੁਹਾਡਾ ਆਪਣੀ ਹਸਤੀ ਨਹੀਂ ਰਹਿੰਦੀ ਔਰ ਉਹਨੂੰ ਵੀ ਇਸ ਤਰ੍ਹਾਂ ਲੱਗਦਾ ਕਿ ਉਹਦੀ ਹਸਤੀ ਨਹੀਂ ਰਹੀ ਇਹ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਮਸਰੂਫੀਅਤ ਨਹੀਂ ਸੀਗੀਆਂ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਟੀਵੀ ਨਹੀਂ ਸੀ ਤੁਹਾਡੇ ਕੋਲ ਮੇਰੇ ਖਿਆਲ ਤੁਹਾਡੇ ਜ਼ੈਨ ਨੂੰ ਕੁਝ ਹੋਰ ਕਰਨ ਦੇ ਲਈ ਨਹੀਂ ਸੀ ਤੁਸੀਂ ਸਿਰਫ ਇੱਕ ਸ਼ਖਸ ਦੇ ਬਾਰੇ ਤਮਾਮ ਜ਼ਿੰਦਗੀ ਸੋਚਦੇ ਸੀ ਉਹ ਬਹੁਤ ਫੋਕਸਡ ਹੁੰਦਾ ਸੀ ਪਿਆਰ ਹੁਣ ਇਹਨਾਂ ਚੀਜ਼ਾਂ ਦੇ ਆਬਵੀਅਸਲੀ ਫਾਇਦੇ ਬਹੁਤ ਨੇ ਜਿਹੜੀਆਂ ਵੀ ਚੀਜ਼ਾਂ ਸਾਡੇ ਕੋਲ ਇਸ 21st ਸੈਂਚਰੀ ਚ ਆਈਆਂ ਨੇ ਉਹਦੇ ਨਾਲ ਤਾਂ ਜਿੰਦਗੀ ਕਿੰਨੀ ਆਸਾਨ ਹੋ ਗਈ ਹੈ ਬਟ ਉਹਦੀ ਇੱਕੋ ਇੱਕ ਜਿਹੜੀ ਨੁਕਸਾਨ ਹੋਇਆ ਸਾਡੀ ਹਿਊਮਨ ਰੇਸ ਨੂੰ ਉਹ ਇਹ ਹੀ ਹੋਇਆ ਕਿ ਰਿਲੇਸ਼ਨਸ਼ਿਪ ਚ ਬਹੁਤ ਜ਼ਿਆਦਾ ਡਿਸਟੋਰਸ਼ਨ ਆ ਗਈ ਤੁਸੀਂ ਇੱਕੋ ਇੱਕ ਨੁਕਸਾਨ ਹੈ ਇਸ ਤੋਂ ਇਲਾਵਾ ਸਾਰੇ ਫਾਇਦੇ ਨੇ ਔਰ ਮੈਂ ਇਸੇ ਐਲੀਮੈਂਟ ਨੂੰ ਫੜ ਕੇ ਅਸੀਂ ਫਿਲਮ ਬਣਾਈ ਹੈ ਕਿ ਅਸੀਂ ਇੰਨੇ ਪ੍ਰੋਗਰੈਸਿਵ ਵਰਲਡ ਦੇ ਵਿੱਚ ਆ ਜਿੱਥੇ ਹੋ ਸਕਦਾ ਅੱਜ ਤੇ ਚਲੋ 16 ਆਵਰਸ ਡਾਇਰੈਕਟ ਫਲਾਈਟ ਹੁੰਦੀ ਆ ਇਥੋਂ ਦਿੱਲੀ ਤੋਂ ਸੈਨ ਫਰਾਂਸਿਸਕੋ ਕਦੀ ਜ਼ਮਾਨਾ ਹੋਏਗਾ ਕਿ ਉਹ ਹੌਲੀ ਹੌਲੀ ਘਟ ਕੇ 8 6 ਆ ਜਾਏਗੀ ਕੱਢ ਰਹੇ ਨੇ ਫਲਾਈਟ ਸੋ ਅਸੀਂ ਇੰਨੇ ਪ੍ਰੋਗਰੈਸਿਵ ਜ਼ਮਾਨੇ 'ਚ ਬਟ ਡਿਸਪਾਈਟ ਆਲ ðiਸ ਥਿੰਗਸ ਸਾਨੂੰ ਫਿਰ ਵੀ ਲੱਗਦਾ ਕਿ ਕੋਈ ਕਮੀਆਂ ਨੇ ਜ਼ਿੰਦਗੀ 'ਚ ਬੰਦੇ ਸੈਟੀਸਫਾਈਡ ਨਹੀਂ ਹੈਗੇ ਅੱਛ ਵੀ ਲੱਗੀ ਹੋਈ ਆ ਹਰ ਇੱਕ ਬੰਦਾ ਇੱਕ ਥਾਂ ਤੇ ਟਿੱਕੇ ਬੈਠ ਕੇ ਨੂੰ ਲੱਗਦਾ ਕਿ ਨਹੀਂ ਨਹੀਂ ਕੁਝ ਹੋ ਗਿਆ ਚਲਿਏ ਦਸਨ ਕਦੀ ਬੋਰਡਮ ਬਹੁਤ ਜ਼ਿਆਦਾ ਹੋ ਜਾਂਦਾ ਇਹ ਚੀਜ਼ ਜਿਹੜੀ ਆ ਇਸ ਤੋਂ ਜਿਹੜੀ ਬੇਸਿਕਲੀ ਰਿਲੇਸ਼ਨਸ਼ਿਪ ਦੇ ਵਿੱਚ ਸਟਲਨੈਸ ਜਾਂ ਕਾਮਨਾਤ ਸੀਗੀ ਉਹ ਖਰਾਬ ਹੋਣ ਦੇ ਕਰਕੇ ਆ ਤੁਹਾਨੂੰ ਜਿਹੜੇ ਅਹਿਸਾਸ ਕਦੀ ਹੀਰ ਨੂੰ ਰਾਂਝੇ ਨਾਲ ਜਾਂ ਇਸ਼ਕੇ ਹਕੀਕੀ ਤੋਂ ਇਸ਼ਕੇ ਮਜ਼ਾਜੀ ਦੀ ਗੱਲ ਕਰੋ ਜਾਂ ਜਦੋਂ ਤੁਸੀਂ ਗੁਰਸਿੱਖ ਬੰਦੇ ਹੋ ਤੁਹਾਨੂੰ ਤੇ ਪਤਾ ਹੋਊਗਾ ਕਿ ਇੱਕ ਕੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਦ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀ ਨਾ ਆਵੇ ਬਿਰ ਦੇਖੇ ਗੁਰ ਦਰਬਾਰੇ ਜਿਉ ਉਹ ਜਿਹੜੀ ਆਸ਼ਕੀ ਆ ਅ ਮੈਨੂੰ ਲੱਗਦਾ ਕਿ ਉਹ ਮਨਫੀਆ ਇਸ ਮਾਨੇ ਦੇ ਵਿੱਚ ਔਰ ਇਹ ਜਿਹੜੀ ਫਿਲਮ ਹੈ ਇਹ ਉਹਨਾ ਰਿਲੇਸ਼ਨਸ਼ਿਪ ਨੂੰ ਇੱਕ ਪਾਰਟਿਕੂਲਰ ਕੈਰੈਕਟਰ ਦੇ ਕੇ ਮੇਲ ਫੀਮੇਲ ਦਾ ਇਹ ਕੈਰੈਕਟਰ ਕੋਈ ਵੀ ਹੋ ਸਕਦਾ ਸੀ ਤੁਸੀਂ ਇਸੇ ਸਕ੍ਰੀਨ ਪਲੇ ਨੂੰ ਮਾਂ ਪੁੱਤ ਵੀ ਖੇਡ ਸਕਦੇ ਹੋ ਪਿਓ ਧੀ ਤੇ ਵੀ ਖੇਡ ਸਕਦੇ ਹੋ ਦੋਸਤੋਸ ਤੇ ਵੀ ਖੇਡ ਸਕਦੇ ਹੋ ਕਿਤੇ ਵੀ ਖੇਡ ਸਕਦੇ ਹੋ ਇੰਨਾ ਵਾਸਟ ਔਰ ਇੱਡਾ ਬਿਊਟੀਫੁਲ ਸਕ੍ਰੀਨ ਪਲੇਅਰ ਬੇਸਿਕਲੀ ਪਰ ਅਸੀਂ ਆਬਵੀਅਸਲੀ ਕਿਉਂਕਿ ਸਾਡੀ ਫਿਲਮ ਇੰਡਸਟਰੀ ਮੇਜਰਲੀ ਮੇਲ ਫੀਮੇਲ ਦੇ ਹੀ ਕੈਰੈਕਟਰ ਦੇ ਉੱਤੇ ਵਰਕ ਕਰਦੀ ਹੈ ਇਸ ਕਰਕੇ ਅਸੀਂ ਇਹ ਕੈਰੈਕਟਰ ਚੂਜ਼ ਕਰ ਲਏ ਉਹਦੇ ਨਾਲ ਕੀ ਹੋਇਆ ਕਿ ਤੁਸੀਂ ਉਹਦਾ ਇੱਕ ਬਹੁਤ ਵੱਡਾ 360 ਟਰਨ ਵਜਦਾ ਆਫਟਰ ਦਾ ਇੰਟਰਵਲ ਜਿਹੜਾ ਅਸੀਂ ਹੁਣ ਨਹੀਂ ਦੱਸ ਸਕਦੇ ਓਬਵੀਅਸਲੀ ਟ੍ਰੇਲਰ ਤੁਸੀਂ ਦੇਖ ਲਓਗੇ ਫਿਲਮ ਦੇਖ ਲਓਗੇ ਤੁਸੀਂ ਜ਼ਾਹਰ ਦੀ ਗੱਲ ਆਪ ਗੱਲ ਕਰ ਸਕਦੇ ਹੋ ਇਸ ਚੀਜ਼ ਦੀ ਉਹ ਰਿਵੀਲਿੰਗ ਕੀਤਾ ਜਾ ਸਕਦਾ ਹੈ ਇਸੇ ਕਰਕੇ ਲੋਕ ਫਿਲਮ ਦੇਖਣ ਆਉਣਗੇ ਬਟ ਆਈ ਥਿੰਕ ਉਹ ਇੰਡੀਅਨ ਸਿਨੇਮਾ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਮੇਰੇ ਖਿਆਲ ਜਿੰਨੀ ਕਿ ਮੈਨੂੰ ਨੋਲੇਜ ਹੈ ਪਤਾ ਨਹੀਂ ਹੋ ਵੀ ਸਕਦਾ ਨਹੀਂ ਹੋਇਆ ਔਰ ਇਹ ਐਕਸਪੈਰੀਮੈਂਟਲ ਸਿਨੇਮਾ ਹੁੰਦਾ ਜ਼ਿਆਦਾਤਰ ਇਹੋ ਜਿਹਾ ਸਿਨੇਮਾ ਪੈਰਲਲ ਸਿਨੇਮਾ ਮੰਨਿਆ ਜਾਂਦਾ ਹਾਲੀਵੁੱਡ ਦੇ ਵਿੱਚ ਬਟੂਥੀ ਪੈਰਲਲ ਸਿਨੇਮਾ ਵੀ ਅਕੋਰਡਿੰਗਲੀ ਉਨਾ ਹੀ ਕੰਮ ਕਰਦਾ ਜਿੰਨਾ ਐਵਟਾਰ ਜਾਂ ਐਵੈਂਜਰਸ ਕੰਮ ਕਰਦੇ ਆ ਉਹਦੀ ਵੀ ਬਹੁਤ ਵੱਡੀ ਆਡੀਅנס ਹੈ ਮੈਂ ਚਾਹੁੰਦਾ ਸੀ ਕਿਉਂਕਿ ਮੇਰੀ ਜਿਹੜੀ ਸਟਾਰਟਿੰਗ ਹੈ ਸਿਨੇਮਾ ਦੀ ਇੰਟਰਨੈਸ਼ਨਲ ਸਿਨੇਮਾ ਤੋਂ ਦ ਬਲੈਕ ਪ੍ਰਿੰਸ ਹਾਲੀਵੁੱਡ ਦੀ ਫਿਲਮਸ ਇੰਗਲਿਸ਼ ਸੀ ਇਸ ਕਰਕੇ ਮੇਰਾ ਲਗਾਵ ਕਾਫੀ ਸੀਗਾ ਉਧਰ ਮੈਂ ਉਹ ਸਿਨੇਮਾ ਦੇਖਿਆ ਬਹੁਤ ਮੈਨੂੰ ਲੋਕਾਂ ਨੂੰ ਕੰਮ ਕਰਦੇ ਦੇਖਿਆ ਉਹਨਾਂ ਦੀ ਬਾਰੀਕੀ ਦੇਖੀ ਉਹਨਾਂ ਦੀ ਪਾਕਿਸਤਾਨੀ ਦੀ ਦੇਖੀ ਆਪਣੀ ਮੁਹੱਬਤ ਦੇਖੀ ਆਪਣੇ ਕੰਮ ਦੇ ਨਾਲ ਕਿ ਕਿੰਨੀ ਡੈਡੀਕੇਸ਼ਨ ਹੈ ਸੋ ਉਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀ ਇੱਥ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਲਾਗੂ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਮੈਥਡ ਨਾਲ ਐਕਚੁਅਲ ਜਿਹੜਾ ਪੈਰਲਲ ਪਰਫਾਰਮਡ ਸਿਨੇਮਾ ਹੁੰਦਾ ਹੈ ਜੀ ਜਿਹਦੇ ਵਿੱਚ 뮤직 ਨੂੰ ਉਸੇ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਜਿਵੇਂ ਥੀਏਟਰ ਚ ਕੀਤਾ ਜਾਂਦਾ ਇਹਨੂੰ ਇਸੇ ਵਿੱਚ 뮤직 ਉਸੇ ਤਰ੍ਹਾਂ ਇਸਤੇਮਾਲ ਹੋਇਆ ਬੈਕਗਰਾਉਂਡ ਤੇ ਇਮੋਸ਼ਨਸ ਨੂੰ ਹੋਰ ਸਿਰਫ ਅੱਗੇ ਲੈ ਕੇ ਹਾਂ ਫਿਲਮ ਨੂੰ ਜਲਮ ਨੂੰ ਅਕੇਲੇ ਜਨਲੀ ਫਿਰ ਉਹਦੇ ਇਮੋਸ਼ਨਸ ਨੂੰ ਹੋਰ ਇਵੋਕ ਪੋਜੀਸ਼ਨ ਤੇ ਲੈ ਕੇ ਆਉਣ ਲਈ ਕਿਉਂਕਿ 뮤직 ਇੱਕ ਕਹਿੋ ਜੈ ਐਲੀਮੈਂਟ ਹੈ ਜਿਹੜਾ ਹਿਊਮਨ ਮਾਈਂਡ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰਦਾਰ ਤੇ ਬਿਊਟੀਫੁਲੀ ਅਸਰ ਕਰਦਾ ਸ਼ਾਇਰੀ ਤੇ 뮤직 ਦੇ ਦੋਨੋਂ ਇਹੋ ਜਿਹੇ ਐਲੀਮੈਂਟ ਨੇ ਇਸੇ ਕਰਕੇ ਤੁਸੀਂ ਦੇਖੋ 뮤직 ਨੂੰ ਕਿਸੇ ਵੀ ਤਰੀਕੇ ਯੂਜ਼ ਕੀਤਾ ਜਾ ਸਕਦਾ ਚੰਡੀ ਦੀ ਵਾਰ ਵਾਰਾ ਨਗਾੜੇ ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਦੀ ਗਵਾਹੀ ਨੇ ਕਿ ਜਦ ਕੀਤਨ ਉੱਤਰ ਹਰੇ ਨਗਾੜੇ ਵਜਾ ਕੇ ਤੁਹਾਡੇ ਉਹ ਵਾਰੀਅਰਸ਼ਿਪ ਦੀ ਮੋਸ਼ਨ ਨੂੰ ਹੋਰ ਰਿਵੋਕ ਤੇ ਪੋਜੀਸ਼ਨ ਤੇ ਲੈ ਕੇ ਜਾਂਦੇ ਆ ਤਾਂ ਕਿ ਤੁਸੀਂ ਲੜਨ ਮਰਨ ਲਈ ਤਿਆਰ ਹੋ ਜਾਓ ਇਸੇ ਤਰ੍ਹਾਂ 뮤ਜ਼ਿਕ ਦੇ ਐਲੀਮੈਂਟ ਉਹ ਵੀ ਜਿੰਨੇ ਵੀ ਰਸ ਨੇ ਸਾਰਿਆਂ ਨੂੰ 뮤ਜ਼ਿਕ ਦੇ ਨਾਲ ਤੁਸੀਂ ਪਿਟ੍ਰੇ ਕਰ ਸਕਦੇ ਆ ਸੋ ਇਸ ਕਰਕੇ 뮤ਜ਼ਿਕ ਇਸ ਫਿਲਮ ਦੇ ਵਿੱਚ ਮੇਰੇ ਪਰਸਨਲੀ ਜੇ ਤੁਸੀਂ ਪੁੱਛੋ ਜੇ ਦ ਬਲੈਕਨੈਸ ਦੇ ਵਿੱਚ ਪੰਜ ਇਹੋ ਜਿਹੇ ਅਫਸਾਨੇ ਸੀ ਜਿਹੜੇ ਮੇਰੀ ਜ਼ਿੰਦਗੀ ਦੇ ਬੇਸ਼ਕੀਮਤੀ ਮੇਰੇ ਨਜ਼ਦੀਕ ਸੀ ਦਿਲ ਦੇ ਹਰ ਇੱਕ ਸਟੇਟ ਦੀ ਆਪਣੀ ਆਪਣੀ ਨੇਚਰ ਹੁੰਦੀ ਹੈ ਜਪਨੀਜ਼ ਲੋਕਾਂ ਦੀ ਇੱਕ ਆਪਣੀ ਫਿਤਰਤ ਹੈ ਹਨਾ ਤੇ ਜੇ ਤੁਸੀਂ ਕੰਟਰੀ ਵਾਈਜ਼ ਦੇਖੋ ਤੇ ਸਾਸੀ ਇੱਕ ਨਾਰਥਰਨ ਪਾਰਟ ਆਫ ਇੰਡੀਆ ਇੱਕ ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ ਹੈ ਸਾਡਾ ਸੂਬਾ ਇੱਕ ਵੱਖਰੀ ਅਹਿਮੀਅਤ ਰੱਖਦਾ ਇਹਦੇ ਵਿੱਚ ਆਪਣੇ ਆਪਣੇ ਕਲਚਰਲ ਐਲੀਮੈਂਟ ਜਿਹਦਾ ਤੁਸੀਂ ਕਿਹਾ ਕਿ ਅਸੀਂ ਜੁਝਾਰੂ ਬਹੁਤ ਆ ਪਰ ਮੁਹੱਬਤ ਦੇ ਸਿਲਸਿਲੇ ਦੇ ਵਿੱਚ ਸ਼ਰਮਾਕਲਿਆਂ ਔਰ ਉਹ ਬੜੀ ਆਬਵੀਅਸ ਗੱਲ ਹੈ ਔਰ ਬਹੁਤ ਜਾਇਜ਼ ਸੱਚੀ ਗੱਲ ਹੈ ਬਟ ਚੰਗਾ ਐਕਟਰ ਹੋਈ ਹੁੰਦਾ ਬੀਸਿਕਲੀ ਜਿਹੜਾ ਬੇਸ਼ੱਕ ਅੰਦਰੋਂ ਜੋ ਮਰਜੀ ਫੀਲ ਕਰਦਾ ਹੋਵੇ ਕੈਮਰੇ ਨੂੰ ਫੀਲ ਨਾ ਹੋਣ ਦੇਵੇ ਸੋ ਦੈਟਸ ਵਾਟ ਆਈ ਡਿਡ ਹੋਨੈਸਟਲੀ ਸ਼ਾਇਦ ਇਫ ਯੂ ਫੈਲਟ ਇਟ ਤੇ ਆ ਯਾ ਤੂੰ ਬਤਾ ਹੁੰਦਾ ਕਿ ਤੁਹਾਡੇ ਕੈਮਰਾ ਲੱਗਾ ਹੋਇਆ ਇੰਨੇ ਸਾਰੇ ਲੋਕ ਬੈਠੇ ਆ ਤੇ ਤੁਸੀਂ ਇੱਕ ਸੀਨ ਪੋਰਟਰੇ ਕਰਨਾ ਬਟ ਇਹਦੇ ਵਿੱਚ ਤੁਹਾਡੀ ਕੈਰ ਤੁਹਾਡਾ ਅਤੇ ਮੇਰੇ ਜਿਨ੍ਹਾਂ ਨੇ ਜ਼ਿੰਦਗੀ ਚ 20-20 ਸਾਲ ਮੇਰੇ ਨਾਲ ਰਏ ਉਹਨਾਂ ਨੂੰ ਵੀ ਇਹ ਖਦਸ਼ਾ ਤੇ ਸਵਾਲ ਹੈ ਸ਼ਾਇਦ ਜਦ ਆਪਾਂ ਇਕੱਠੇ ਤਾਂ ਸੀਗੇ ਤੂੰ ਇਹ ਚੀਜ਼ ਕਿੱਦਾਂ ਸੋਚ ਲਿਆਦਾ ਕਨਾਂ ਤੈਨੂੰ ਇਹ ਚੀਜ਼ ਦਿਖ ਜਾਂਦੀ ਸਾਨੂੰ ਦਿਖਦੀ ਨਹੀਂ ਦਿਸੰਦੈ ਸੋ ਮੈਂ ਜਾਂ ਤਾਂ ਤੁਸੀਂ ਇਹਨੂੰ ਗੁਰਪ੍ਰਸਾਦ ਕਹਿ ਲਓ ਸਭ ਤੋਂ ਵੱਡੀ ਤਾਂ ਇਹਨੂੰ ਐਲੀਮੈਂਟ ਇਹ ਕਿਹਾ ਜਾ ਸਕਦਾ ਕਿਰਪਾ ਜਿਹਨੂੰ ਤੁਸੀਂ ਕਹਿੰਨੇ ਆ ਜੀ ਜੇ ਉਹ ਨਹੀਂ ਕਹਿਣਾ ਤੇ ਤੁਹਾਡੀ ਬੈਕਗ੍ਰਾਉਂਡ ਤੁਹਾਡੀ ਨਰਸ਼ਿੰਗ ਤੁਹਾਡੀ ਪਰਵਰਿਸ਼ ਜਿਹਨੂੰ ਤੁਸੀਂ ਕਹਿੰਨੇ ਆ ਬਚਪਨ ਦੀ ਕਿਉਂਕਿ ਜਿਨ੍ਹਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ ਕਦੀ ਟੋਕਰਾਂ ਚੁਕਾ ਕੇ ਜੱਗਾ ਛਾੜਦੇ ਨਹੀਂ ਹੁੰਦੇ ਜਿਨ੍ਹਾਂ ਮਾਲੀ ਵਾਂਗੂ ਪਾਇਆ ਹੋਵੇ ਸਬਰਾਂ ਦਾ ਪਾਣੀ ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨਹੀਂ ਹੁੰਦੇ ਸੋ ਮੇਨ ਦਾ ਤਾਂ ਕਿ ਉਹਦੇ ਵਿੱਚ ਮੇਰੀ ਪਰਵਰਿਸ਼ ਦਾ ਬਹੁਤ ਜ਼ਿਆਦਾ ਹੱਥ ਆ ਮੇਰਾ ਪਿਛੋਕੜ ਕਿਉਂਕਿ ਇੱਕ ਬਹੁਤ ਹੀ ਹੰਬਲ ਫੈਮਿਲੀ ਦੀ ਬੈਕਗ੍ਰਾਉਂਡ ਸੀ ਖੇਤੀਬਾੜੀ ਹੱਥੀਂ ਕਿਰਤ ਕਰਨੀ ਸੋ ਜਦੋਂ ਤੁਸੀਂ ਉਹ ਜ਼ਿੰਦਗੀ ਦੀਆਂ ਔਖਿਆਈਆਂ ਦੇਖੀਆਂ ਹੋਣ ਫਿਰ ਤੁਹਾਨੂੰ ਸੌਖਿਆਈਆਂ ਦੀ ਅਹਿਮੀਅਤ ਪਤਾ ਲੱਗ ਜਾਂਦੀ ਹੈ ਸਹਿਲੀਕਰ ਅਤੇ ਜਿਹੜੇ ਲੋਕ ਔਖੇ ਨੇ ਤੁਸੀਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਆ ਕਿਸੇ ਸ਼ਾਇਰ ਦੀ ਸਭ ਤੋਂ ਵੱਡੀ ਨਿਯਮਤ ਇਹ ਆ ਕਿ ਉਹ ਕਿਸੇ ਦੇ ਦਰਦ ਨੂੰ ਉਨੀ ਸ਼ਿੱਦਤੋ ਗੁਵਤ ਨਾਲ ਦੇਖ ਤੇ ਸਮਝ ਲੈਂਦਾ ਜਿੰਨੀ ਉਹ ਨੂੰ ਆਪ ਨੂੰ ਹੋ ਰਹੀ ਹੋਵੇ ਜੇ ਨਾਟ 100% ਰੀਅਲਿਸਟ 90% ਸੋ ਇਸੇ ਕਰਕੇ ਅਫਸਾਨੇ ਬਣਦੇ ਨੇ ਜੇ ਨਿੱਕੀ ਜਿਹੀ ਕੁੜੀ ਦੇਖ ਕੇ ਹੁਣ ਅਸੀਂ ਚਾਰ ਜਣੇ ਕਾਰਜ ਸੀਗੇ ਜੀ ਮੈਨੂੰ ਹੀ ਉਹ ਅਹਿਸਾਸ ਹੋਇਆ ਇਹਦਾ ਮਤਲਬ ਕਿ ਤੁਹਾਡੇ ਚ ਕੋਈ ਪਰਮਾਤਮਾ ਨੇ ਬਰਕਤ ਪਾਈ ਹੈ ਇਸ ਚੀਜ਼ ਦੀ ਅਹਿਸਾਸ ਨੂੰ ਮਹਿਸੂਸ ਕਰਦੇ ਉਸ ਤੋਂ ਬਾਅਦ ਜਿਹੜੀ ਲਫ਼ਜ਼ਾਂ ਦੀ ਬਿਆਨੀ ਆ ਜਾਂ ਤਰਜਮਾਨੀ ਆ ਉਹ ਤੁਹਾਡੀ ਪ੍ਰੈਕਟਿਸ ਹੈ ਜ਼ਾਹਰ ਜੀ ਗੱਲ ਆ ਪਰ ਅਹਿਸਾਸ ਕ੍ਰੀਏਟ ਕਰਨਾ ਤੁਹਾਡੀ ਪ੍ਰੈਕਟਿਸ ਨਹੀਂ ਹੋ ਸਕਦੀ ਅਹਿਸਾਸ ਤੁਸੀਂ ਇਸ ਤਰ੍ਹਾਂ ਕ੍ਰੀਏਟ ਨਹੀਂ ਕਰ ਸਕਦੇ ਕਿ ਤੁਹਾਡੀ ਅੰਦਰ ਨੇਚਰ ਚ ਉਹ ਚੀਜ਼ ਹੋਵੇ ਸੋ ਇਸ ਕਰਕੇ ਜਿਹੜੀ ਤੁਸੀਂ ਜਦੋਂ ਸਾਡੀ ਸਭ ਤੋਂ ਪਹਿਲੀ ਐਲਬਮ ਆਈ ਸੀ ਉਹਦਾ ਨਾਮ ਸਰਤਾਜ ਹੀ ਰੱਖਿਆ ਸੀ ਸਪੀਡ ਰੈਕੋਰਡਸ ਤੇ ਸੀਗੀ ਤੇ ਉਹ ਉਹਨਾਂ ਨੇ ਕਿਹਾ ਕਿ ਯਾਰ ਇਹੀ ਨਾਮ ਸੂਟ ਕਰਦਾ ਇਸ ਤੋਂ ਬਾਅਦ ਇਹਨੂੰ ਨਾਮ ਨਹੀਂ ਦਿੱਤਾ ਜਾ ਸਕਦਾ ਮੈਂ ਕਿਹਾ ਯਾਰ ਕੁਝ ਤਾਂ ਖੋਲੋ ਡੀਕੋਡ ਕਰੋ ਇਹਨੂੰ ਨਾ ਸਿਰਫ ਆਰਟਿਸਟ ਦੇ ਨਾਮ ਤੇ ਐਲਬਮ ਤੇ ਸ਼ਾਹੀ ਵੀ ਸੀਗੇ ਤੇ ਅਸੀਂ ਵੀ ਡੀਕੋਡ ਕੀ ਕੀਤਾ ਕਿ ਸੱਸਾ ਸਿਦਕ ਦਾ ਏ ਰਾਰਾ ਰਜ਼ਾ ਵਾਲਾ ਦੱਦਾ ਤਲਬ ਦਾ ਜਿੱਜਾ ਜਜ਼ਬਾਤ ਵਾਲਾ ਇੰਜ ਫਕਰਾਂ ਦਾ ਸਰਤਾਜ ਹੋਇਆ ਹੱਥੀ ਫੜ ਕਾਸਾ ਖੈਰਾਤ ਵਾਲਾ ਸਾਰੇ ਅੱਖਰ ਸਤਿੰਦਰ ਹੀ ਵਾਲੜੇ ਸੀ ਇੱਕ ਦੱਦਾ ਹੀ ਸੀ ਦੁਨੀਆਦਾਰੀਆਂ ਦਾ ਜਦੋਂ ਮਿਲੇ ਜਜ਼ਬਾਤ ਜੀ ਜੱਜਿਆਂ ਦੇ ਦੱਦਾ ਹੋ ਗਿਆ ਫੇਰ ਦਿਲਦਾਰੀਆਂ ਦਾ ਸੋ ਇੱਕ ਤਾਂ ਇਹਦੇ ਵਿੱਚ ਗੁਰਮੁਖੀ ਦੀ ਬਹੁਤ ਖੂਬਸੂਰਤ ਬਿਆਨੀ ਹੈ ਪਰ ਮੈਂ ਤੁਹਾਨੂੰ ਦੱਸਦਾ ਕਿ ਦੱਦਾ ਦੁਨੀਆਦਾਰੀ ਤੋਂ ਜਿੱਜਾ ਜਜ਼ਬਾਤ ਜਦੋਂ ਆਂਦਾ ਨਾ ਜਜ਼ਬਾਤ ਇੱਕ ਮੋਸਟ ਨੀਡੇਡ ਐਲੀਮੈਂਟ ਹੁੰਦਾ ਕਿਸੇ ਸ਼ਾਇਰ ਦੇ ਲਈ ਜੀ ਦੈਲੀਗਲ ਜੇ ਉਹ ਕਿਸੇ ਕਾਮਨ ਹਿਊਮਨ ਚ ਵੀ ਉਨੀ ਪਰਫਾਉਂਡਲੀ ਹੋਵੇ ਇਹੋ ਸ਼ਾਇਰਾ ਵਰਗਾ ਹੀ ਹੁੰਦਾ ਚਾਹੇ ਸ਼ਾਇਰੀ ਦਾ ਕਰਦਾ ਹੋਵੇ ਲੋਕ ਉਹ ਲੋਕਾਂ ਨੂੰ ਤੇ ਤੂੰ ਮੈਕ ਜ਼ਰੂਰ ਆਉਂਦੀ ਹੈ ਕਈ ਹੁੰਦੇ ਨੇ ਕਿ ਜੇ ਕੋਈ ਵੇਖੇ ਤੁਹਾਡੇ ਵੱਲ ਜਦੋਂ ਉਹਦਾ ਗੱਲ ਕਰਨ ਨੂੰ ਜੀ ਕਰ ਜੇ ਇਸੇ ਕਰਕੇ ਤਾਂ ਚਿਹਰੇ ਤੇ ਹਲਕੀ ਮੁਸਕਾਨ ਜ਼ਰੂਰੀ ਹੈ ਨਿੱਕ ਜੋਸ਼ ਲਿਆਕਤ ਦਰਦ ਅਤੇ ਆਪਣਾ ਤਾਲੀਮੀ ਸੱਚਾਈ ਚੰਗੀ ਸ਼ਖਸੀਅਤ ਅੰਦਰ ਇਹ ਸਾਰਾ ਸਮਾਨ ਜ਼ਰੂਰੀ ਹੈ ਬਦਲਾ ਤਾਂ ਸਾਰੇ ਲੈਂਦੇ ਨੇ ਸਭ ਥੋੜੇ ਜਿਗਰੇ ਵਾਲੇ ਨੇ ਸਰਤਾਜ ਤੂੰ ਵੱਡਾ ਬਣਨਾ ਜੇ ਮਾਫੀ ਦਾ ਦਾਨ ਜ਼ਰੂਰੀ ਹੈ ਸੋ ਇਸ ਕਰਕੇ ਇਹ ਜਿਹੜੀਆਂ ਫਿਤਰਤਨ ਚੀਜ਼ਾਂ ਇਨਸਾਨ 'ਚ ਆ ਜਾਂਦੀਆਂ ਨੇ ਇਹ ਉਹ ਉਹ ਨੂੰ ਅੱਗੇ ਡਰਾਈਵ ਕਰਦੀਆਂ ਤੁਸੀਂ ਕਿਤਾਬਾਂ ਪੜ੍ਹਨ ਦੀ ਗੱਲ ਕੀਤੀ ਮੇਰੇ ਨਾਲ ਕਿਉਂਕਿ ਤੁਸੀਂ ਤਜਰਬੇ 'ਚੋ ਗੱਲ ਕਰੋਗੇ ਨਾ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰਕੇ ਛੜਿਆ ਕਿ ਐਜੂਕੇਸ਼ਨ ਇਜ਼ ਅ ਸੈਪਰੇਟ ਥਿੰਗ ਪਰ ਤਜਰਬਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸੋ ਮੇਰੇ ਨਾਲ ਮੈਂ ਐਕਸਪੀਰੀਅੰਸ ਕਰਦੇ ਰਹਾ ਨਾ ਆਪਣੇ ਲੋਕਾਂ ਤੋਂ ਹੀ ਕਈ ਵਾਰੀ ਅਸੀਂ ਸ਼ੂਟਿੰਗ ਕਰਨੀ ਇਸ ਵਾਰੀ ਵੀ ਮਤਲਬ ਅਸੀਂ ਤਿੰਨ ਦਿਨ ਪਹਿਲਾਂ ਸ਼ੂਟ ਕਰਕੇ ਆਏ ਹਾਂ ਤੇ ਮੈਂ 24 ਆਵਰਸ ਕੰਟੀਨਿਊਸ ਸ਼ੂਟ ਕੀਤਾ ਸਾਡੇ ਨਾਲ ਜਿਹੜੇ ਸਵੇਰੇ ਗਏ ਸੀ ਨਾ ਪੂਰੇ ਦਿਨ ਨੱਚਦੇ ਫਿਰਦੇ ਗਏ ਅੱਛਾ-ਆ ਸ਼ੂਟ ਤੇ ਚੱਲੇ ਆ ਤੁਸੀਂ ਨੇ ਉਹ ਸ਼ਾਮ ਤੱਕ ਉਹਨਾਂ ਦੀ ਬੱਸ ਹੋ ਗਈ ਸੀ ਅਲੱਗ ਕਿਤੇ ਉਹਨਾਂ ਕੀਤਾ ਕੁਝ ਨਹੀਂ ਸੀ ਸਿਰਫ ਸੀਟਸ ਤੇ ਬੈਠੇ ਸੀ ਠੀਕ ਆ ਤੇ ਭਾਈ ਅਸੀਂ ਫਿਰ ਚੱਲਦੇ ਆ ਠੀਕ ਹੈ ਇੱਥੇ ਰੋਪੜੀ ਸ਼ੂਟ ਸੀਗਾ ਮੈਂ ਕਿਹਾ ਹਾਂ ਹਾਂ ਚਲੋ ਮੈਂ ਕਦੀ ਕਿਸੇ ਨੂੰ ਜ਼ਬਰਦਸਤੀ ਕੁਝ ਵੀ ਨਹੀਂ ਕਹਿੰਦਾ ਤੇ ਜਿਹਦਾ ਜੋ ਮਨ ਹੈ ਜੇਕਰ ਉਹ ਖੁਸ਼ੀ ਨਾਲ ਰਹਿਣਾ ਚਾਹੁੰਦਾ ਜੀ ਸਤਕੇ ਜੇਕਰ ਉਹ ਤਾਂ ਜੀਨ ਜਾਣੂ ਜੀ ਕਰਦਾ ਉਹਨੂੰ ਜਾਣਾ ਹੀ ਚਾਹੀਦਾ ਕਿਉਂਕਿ ਉਹਨੂੰ ਤੁਸੀਂ ਜ਼ਬਰਦਸਤੀ ਰੱਖੋਗੇ ਤਾਂ ਫਾਇਦਾ ਕੋਈ ਨਹੀਂ ਹੋਣਾ ਤੇ ਪਰ ਮੈਂ 6:30 ਪੀ.ਐਮ. ਉੱਠਿਆ ਸੀ ਅਗਲੇ ਠੀਕ ਹੈ ਜੀ ਜਿਹਦੇ ਵਿੱਚੋਂ ਘੰਟਾ ਜਾਣ ਆਣ ਕੱਢ ਕੇ ਬਾਕੀ 22 ਘੰਟੇ ਕੰਟੀਨਿਊਸਲੀ ਮੈਂ ਕੈਮਰਾ ਹੀ ਫੇਸ ਕੀਤਾ ਸੋ ਇਹ ਜਿਹੜਾ ਸਿਰੜਾ ਨਾ ਇਹ ਮੈਨੂੰ ਮੇਰੀ ਖੇਤੀਬਾੜੀ ਨੇ ਸਿਖਾਇਆ ਇਹ ਮੇਰੇ ਮੈਨੂੰ ਪਿਛੋਕੜ ਨੇ ਸਿਖਾਇਆ ਜਦੋਂ ਤੁਹਾਨੂੰ ਪਤਾ ਕਿ ਯਾਰ ਤੂੜੀ ਦੀਆਂ ਬੰਡਾਂ ਮੂੰਹ ਨਾ ਖੁੱਲਣੀਆਂ ਪੈਂਦੀਆਂ ਕੁੱਪ ਚ ਵੜ ਕੇ ਇਹ ਉਹਨਾਂ ਨਾਲੋਂ ਔਖਾ ਤਾਂ ਕਮ ਹੈ ਨੀਗਾ ਸੋ ਫਿਰ ਤੁਸੀਂ ਨਾ ਇੱਕ ਜਦੋਂ ਜ਼ਿੰਦਗੀ ਜੀਵੀ ਹੋਵੇ ਫਿਰ ਤੁਹਾਨੂੰ ਬਾਕੀ ਚੀਜ਼ਾਂ ਉਹਦੀ ਸਿਹਤ ਦੇਣ ਲੱਗ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਕਿ ਜਿਹੜਾ ਸਿਦਕ ਰਜ਼ਾ ਤਾਲਬ ਜਜ਼ਬਾਤ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਇਹ ਸਾਰੇ ਐਲੀਮੈਂਟ ਤੁਹਾਡੇ ਅੰਦਰ ਪਰਫਾਰਮੈਂਟਲੀ ਜਦੋਂ ਹੋਣਗੇ ਫਿਰ ਤੁਸੀਂ ਕਿਸੇ ਵੀ ਚੀਜ਼ ਨੂੰ ਚਾਹੇ ਜੇ ਤੁਹਾਡਾ ਤੁਹਾਨੂੰ ਲੱਗਦਾ ਕਿ ਯਾਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਪਰ ਤੁਸੀਂ ਲੋਕਾਂ ਤੋਂ ਪੁੱਛਣ ਲੱਗੇ ਫਿਰ ਤੁਹਾਨੂੰ ਕਿਸੇ ਡਿਪਲੋਮੈਟਿਕ ਅਨਸਰ ਦਿੱਤਾ ਜਾਂ ਸਾਰੀਆਂ ਕਿਤਾਬਾਂ ਵਧੀਆ ਹੁੰਦੀਆਂ ਤੁਸੀਂ ਅਨਸਰ ਜ਼ਰੂਰ ਸੁਣ ਲਿਆ ਪਰ ਅੰਦਰੋਂ ਇੱਕ ਆਵਾਜ਼ ਆਪਣੇ ਮਨ ਦੀ ਸੁਣ ਕੇ ਕਿਤੇ ਨਾ ਕਿਤੇ ਤੁਹਾਨੂੰ ਸ਼ੁਰੂ ਜ਼ਰੂਰ ਕਰਨਾ ਪੈਣਾ ਪਹਿਲੀ ਗੱਲ ਜੇ ਤੁਸੀਂ ਇਹ ਕਹੋਗੇ ਇੱਕ ਕਿਤਾਬ ਪੜ੍ਹ ਕੇ ਅਗਲੇ ਦਿਨ ਸਵੇਰੇ ਮੈਨੂੰ ਉਸ ਦਾ ਅਸਰ ਮਹਿਸੂਸ ਹੋਵੇ ਉਹ ਵੀ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ ਦੀ ਪਹਿਲੀ ਐਲ 2003 ਫ फेब्रुवारी ਚ ਰਿਕਾਰਡ ਹੋਈ ਸੀ ਉਹ 7 ਸਾਲ ਬਾਅਦ ਰਿਲੀਜ਼ ਹੋਈ 2009 ਚ ਹੁਣ ਜੇ ਤੁਸੀਂ ਕਹੋਗੇ ਯਾਰ ਨਹੀਂ ਇਸ ਦਾ ਕੁਝ ਬਣਦਾ ਨਹੀਂ ਕਰਨਾ ਸੋ ਇੱਕੋ ਪਾਸੇ ਲੱਗਿਆ ਰਹੋ ਘਰ ਦੇਰ ਹੈ ਹਨੇਰ ਨਹੀਂ ਹੋ ਰਬ ਦੇ ਤੇਰਾ ਵੀ ਨਸੀਬ ਬਦਲੂ ਹੱਕ ਜੀ ਨੇ ਸਰਤਾਜ ਦਿੱਤੇ ਸਭ ਦੇ ਤੂੰ ਸੋਧ ਕਲਾਕਾਰੀ ਆਪਣੀ ਜਿਵੇਂ ਫੱਟੀ ਤੇ ਤਖਾਨ ਮਾਰੇ ਰੰਦੇ ਨੂੰ ਦਿਨ ਲੰਗੇ ਹੱਸ ਕੇ ਡਕੇ ਹੋਰ ਚਾਹੀਦਾ ਵੀ ਕੀ ਦੱਸੋ ਬੰਦੇ ਸੋ ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਕਿੱਤੇ ਤੇ ਚਾਹੇ ਤੁਸੀਂ ਕਿਸਾਨੀ ਕਰਦੇ ਹੋ ਚਾਹੇ ਤੁਸੀਂ ਤਖਾਨਗਰੀ ਕਰਦੇ ਹੋ ਚਾਹੇ ਤੁਸੀਂ ਲੋਹਾਰੀ ਕਰਦੇ ਹੋ ਚਾਹੇ ਤੁਸੀਂ ਸ਼ਾਇਰੀ ਕਰਦੇ ਹੋ ਇੱਕ ਸਿਰ ਸੁੱਟ ਕੇ ਆਪਣੇ ਕਿੱਤੇ ਨੂੰ ਸਿੱਧਕ ਦਿੱਤੀ ਦੇ ਨਾਲ ਜੇ ਕਰੋਗੇ ਤੇ ਅਲਟੀਮੇਟਲੀ ਕਿਤੇ ਨਾ ਕਿਤੇ ਕੋਈ ਉਸ ਤੁਹਾਡੀ ਹੁਨਰ ਨੂੰ ਪਛਾਣ ਲੇ ਇੱਕ ਕੀ ਕਹਿੰਦੇ ਆ ਸੀਕ੍ਰੀਟ ਗੱਲ ਦੱਸਦਾ ਕਿ ਤੁਸੀਂ ਦੇਖਿਆ ਹੋਣਾ ਤੁਸੀਂ ਕੰਪਿਊਟਰ ਅੱਜ ਕੱਲ੍ਹ ਹਰ ਜ਼ਮਾਨੇ ਵਿੱਚ ਕੰਪਿਊਟਰ ਦਾ ਜ਼ਮਾਨਾ ਆਇਆ ਹੈ ਲੈਪਟਾਪ ਚਲੋ ਕਹੋ ਜੀ ਕੰਪਿਊਟਰ ਨਹੀਂ ਕਹਿਣਾ ਉਹ ਲੈਪਟਾਪ ਦੀ ਸਪੀਡ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਘੱਟ ਸਮਾਨ ਹੁੰਦਾ ਬਿਲਕੁਲ ਹਾਂ ਹੈਨਾ RAM ਜੇ ਜਿਹੜੀ ਖਾਲੀ ਰਹੇ ਉਹਦੀ ਉਹਦੀਆਂ ਫਾਈਲ ਜੁਨੀ ਛੇਤੀ ਖੁੱਲਦੀਆਂ ਨੇ ਸੋ ਮੈਂ ਆਪਣੇ RAM ਜਿਹੜੀ ਆ ਐਕਸਟ੍ਰੀਮਲੀ ਖਾਲੀ ਰੱਖਦਾ ਮੇਰੇ ਕੋਲ ਆਪਣੇ ਕੰਮ ਤੋਂ ਇਲਾਵਾ ਕਿਸੇ ਚੀਜ਼ ਦੀ ਕੋਈ ਨੌਲੇਜ ਨਹੀਂ ਆਨਫੋਰਚੂਨੇਟਲੀ ਕਈ ਵਾਰੀ ਹੁੰਦਾ ਕਿ ਸੋਸ਼ਲ ਮੀਡੀਆ ਚ ਕਈ ਬੰਦੇ ਮੈਨੂੰ ਇਹ ਕਹਿੰਦੇ ਯਾਰ ਤੁਹਾਨੂੰ ਪਤਾ ਨਹੀਂ ਮੇਰੇ ਤੇ ਪੋਸਟ ਚ ਸੀਗਾ ਇਹ ਕੀਤਾ ਮੈਂ ਕਹਾ ਯਾਰ ਸੌਰੀ ਮੈਨੂੰ ਕੁਝ ਨਹੀਂ ਪਤਾ ਕਿੱਥੇ ਕੀ ਹੋ ਰਿਹਾ ਸੋਸ਼ਲ ਮੀਡੀਆ ਤੇ ਕਿਹਦਾ ਗਾਣਾ ਆ ਗਿਆ ਕਿਹੜੀ ਫਿਲਮ ਆ ਗਈ ਕਿਨੇ ਕੀ ਕਰਤਾ ਦਿਸ ਐਂਡ दैट ਸੋ ਮੇਰਾ ਇਕੋ ਹੀ ਫੋਕਸਡ ਆਪਣਾ ਕੰਮ ਆ ਪੋਇਟਰੀ ਤੇ ਸ਼ਾਇਰੀ ਤੇ ਮੇਰੀ ਤੀਸਰੀ ਸਟੇਜ ਚੌਥਾ ਇਹ ਜੁੜ ਗਿਆ ਫਿਲਮ ਠੀਕ ਹੈ ਸੋ ਮੈਂ ਉਸ ਤੋਂ ਇਲਾਵਾ ਜਿਵੇਂ ਨਹੀਂ ਹੁੰਦਾ ਕੋੜੇ ਦੇ ਤੁਸੀਂ ਕਦੀ ਦੇਖਿਆ ਹੋਣਾ ਉਹਦੇ ਇੱਦਾਂ ਉਹ ਲਾਏ ਹੁੰਦੇ ਆ ਤਾਂ ਕਿ ਉਹ ਹਾਲਾਦੋੜਾ ਨਾ ਦੇਖੇ ਸਿਰਫ ਰਸਤਾ ਦੇਖੇ ਹਨਾ ਸੋ ਮੈਂ ਇਹ ਸਿਰਫ ਬਹੁਤ ਹੀ ਬਹੁਤ ਹੀ ਕਨਸੈਂਟਰੇਟ ਤੇ ਫੋਕਸਡ ਰਹਿਣਾ ਬਟ ਸਿੰਗਲ ਟਰੈਕ ਮਾਈਂਡਡ ਆ ਮੈਂ ਇੱਕ ਟਾਈਮ 'ਚ ਇੱਕੋ ਹੀ ਕੰਮ ਕਰ ਸਕਦਾ ਬਟ ਉਹਨੂੰ ਮੈਂ 200% ਕਰੂੰਗਾ ਜੇ ਮੇਰੇ ਤੋਂ ਤੁਸੀਂ ਤਿੰਨ ਕੰਮ ਕਰਾਓਗੇ ਸਾਰੇ 20% ਹੀ ਹੋਣਗੇ ਸੋ ਮੈਨੂੰ ਲੱਗਦਾ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਆ ਤੇ ਉਹ ਟਿੰਗ ਉਸ ਫਾਈਲ ਤੇ ਕਲਿੱਕ ਹੋ ਜਾਂਦੇ ਨਾਲ ਦੀ ਨਾਲ ਓਪਨ ਹੋ ਜਾਂਦੀ ਹੈ ਜਨਰਲੀ ਯੂਜ਼ ਨਹੀਂ ਕਰਨਾ ਚਾਹੁੰਦਾ ਮੈਂ ਉਹਨੂੰ ਤੁਸੀਂ ਆਸ਼ਕੀ ਕਹਿ ਲਓ ਜੀ ਸਰ ਤੁਸੀਂ ਚਲੋ ਜੇ ਹੋਰ ਥੋੜਾ ਜਿਆਦਾ ਪਰਫਾਰਮਡ ਮੁਹੱਬਤ ਦਾ ਨਾਮ ਲੈਣਾ ਤੇ ਉਹਨੂੰ دیਵਾਨਗੀ ਕਹਿ ਲਓ ਪਾਗਲਪਨ ਕਹਿ ਲਓ ਹਨਾ ਤੇ ਉਹ ਥੋੜੇ ਜਿਹਾ ਲਾਡਲੇ ਲਫ਼ਜ਼ ਆ ਸਾਰੇ ਸੋ ਮੈਨੂੰ ਇਹ ਲਾਡਲੇ ਸਾਰਿਆਂ ਦੇ ਨਾਲ ਜਿਹੜੇ ਤੁਹਾਨੂੰ ਇੰਨੀ ਮੁਹੱਬਤ ਸ਼ਿੱਦਤ ਦੇ ਨਾਲ ਜਿਹਨੂੰ ਤੁਸੀਂ ਕ੍ਰੇਜ਼ੀ ਚੀਜ਼ਾਂ ਕਹਿੰਦੇ ਆ ਉਹਨਾਂ ਨੇ ਕਰਨ ਲਈ ਤੁਹਾਡੇ ਅੰਦਰ ਜਿਗੜਾ ਚਾਹੀਦਾ ਇੱਕ ਉਹ ਜੀਲ ਚਾਹੀਦੀ ਆ ਕਿ ਤੁਸੀਂ ਨਾ ਕਿ ਤੁਸੀਂ 150 ਕਿਲੋਮੀਟਰ ਦੀ ਸਪੀਡ ਨਾਲ ਮੋਟਰਸਾਈਕਲ ਇੱਕ ਕਾਰ ਦੇ ਪਿੱਛੇ ਭਜਾ ਰਹੇ ਹੋ ਤੁਹਾਨੂੰ ਇਸ ਜ਼ਿੰਦਗੀ ਦਾ ਇਹ ਪਤਾ ਹੀ ਨਹੀਂ ਕਿ ਯਾਰ ਕੁਝ ਵੀ ਹੈਪਨ ਹੋ ਸਕਦਾ ਹੈ ਨਾ ਇਹ ਡੇਂਜਰਸ ਆ ਸੋ ਉਹਨਾਂ ਲੋਕਾਂ ਦੀ ਤੁਹਾਨੂੰ ਹੋਰ ਵੀ ਵੱਧ ਕਦਰ ਕਰਨੀ ਚਾਹੀਦੀ ਆ ਬੇਸਿਕਲੀ ਉਹਨਾਂ ਨੂੰ ਰੋਕ ਕੇ ਮੈਂ ਹਮੇਸ਼ਾ ਜਦੋਂ ਸਾਡਾ ਸ਼ੋਅ ਖਤਮ ਹੁੰਦਾ ਕਿੱਥੇ ਵੀ ਹੋਵੇ ਦਿੱਲੀ ਜਾਂ ਅਮਰੀਕਸਰ ਜਾਂ ਜੰਮੂ ਤੇ ਜ਼ਾਹਿਰ ਜੀ ਗੱਲ ਆ ਕਿ ਤੁਹਾਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਪਤਾ ਹੁੰਦਾ ਕਿ ਅੱਕੇ ਹੁਣ ਟੋਲ ਪਲਾਜ਼ਾ ਆਣਾ ਉੱਥੇ ਜਾ ਕੇ ਗੱਡੀ ਰਕੂ ਕਿ ਉਹ ਮੋਟਰਸਾਈਕਲ ਹੁੰਦੀ ਤੇਜ਼ ਉੱਥੇ ਜਾ ਕੇ ਪਿੱਛੇ ਭਜਾਉਂਦੇ ਆ ਤੇ ਮੈਂ ਕਹਾਂ ਯਾਰ ਉਹਨੂੰ ਟੋਲ ਪਲਾਜ਼ੇ ਤੱਕ ਉਹਦਾ ਨਾ ਵਕਤ ਕਿਉਂ ਖਰਾਬ ਕਰਨਾ ਰੁਕਣਾ ਤਾਂ ਉੱਥੇ ਵੀ ਹੈਗੇ ਇੱਥੇ ਰੁਕ ਜਾ ਹਣਾ ਸੋ ਇਹ ਮੇਰੀ ਜ਼ਿੰਦਗੀਆਂ ਥੋੜੀਆਂ ਫਿੱਤਰ ਤਾਂ ਹੈਗੀਆਂ ਜਿਹੜੀ ਮੇਰੀ ਟੀਮ ਨੂੰ ਚੰਗੀਆਂ ਨਹੀਂ ਲੱਗਦੀ ਉਹ ਕਹਿੰਦੇ ਬਾਜੀ ਇਹਦਾ ਹਰੇਕ ਲਈ ਨਹੀਂ ਰੁਕ ਜਾਈਦਾ ਥੋੜਾ ਜਿਹਾ ਐਟੀਟਿਊਡ ਰੱਖੀਦਾ ਹੁੰਦਾ ਐਦਾ ਤਾਂ ਸਾਰੇ ਤੁਹਾਨੂੰ ਰੁਕੀ ਜਾਣਗੇ ਦਿਸਦੇ ਮੈਂ ਕਹਾਂ ਯਾਰ ਚਲ ਵੇਖਾਗੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਗਰੇਜ਼ੀ ਨੇ ਕਹਿੰਦਾ ਕਿਸੇ ਬੰਦੇ ਨੇ ਸਾਰੀ ਡਾਇਰੀ ਤੇ ਤੁਹਾਡਾ ਨਾਮ ਲਿਖ ਕੇ ਤੁਹਾਨੂੰ ਭੇਜਦਾ ਕਿਸੇ ਬੰਦੇ ਨੇ ਆਪਣੀ ਪਿੱਠ ਤੇ ਪੂਰੀ ਫੁੱਲ ਬੈਕ ਤੇ ਤੁਹਾਡਾ ਟੈਟੂ ਬਣਾ ਲਿਆ ਕਿਸੇ ਬੰਦੇ ਨੇ ਕੋਈ ਕਹਿੰਦਾ ਵੀ ਤੁਹਾਡੇ ਲਈ ਅਸੀਂ ਸੁਖ ਨਹੀਂ ਸਕਦੇ ਪਾਠ ਕਰਦੇ ਆ ਕਿ ਅਸੀਂ ਤੁਸੀਂ ਸਾਨੂੰ ਮਿਲ ਜਾਓ ਸੋ ਮਤਲਬ ਤੁਸੀਂ ਕਦੀ ਇੱਕ ਮੈਂ ਕਮਰਾ ਬਣਾਇਆ ਹੋਇਆ ਮੇਰਾ ਕਹਿੰਦੇ ਨੇ ਕਿ ਦਿਲ ਅਫਰੋਜ਼ ਦਿਲ अजीज ਕਮਰਾ ਆ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਮੈਂ ਸਜੋ ਕੇ ਰੱਖੀਆਂ ਜਿਹੜੀਆਂ ਲੋਕ ਤੁਹਾਨੂੰ ਸ਼ੋਅਸ ਤੇ ਲਿਆ ਕੇ ਦਿੰਦੇ ਨੇ ਸਾਡੇ ਸ਼ੋਅ ਦੇ ਪੈਸੇ ਮਿਲੇ ਜਾਂ ਨਹੀਂ ਮਿਲੇ ਮੈਨੂੰ ਕਦੀ ਨਹੀਂ ਪਤਾ ਹੁੰਦਾ ਤੁਸੀਂ ਮੇਰੇ ਤੋਂ ਇਲਾਵਾ ਹੁਣ ਕੈਮਰਾ ਖਤਮ ਕਰਕੇ ਮੇਰੀ ਟੀਮ ਨੂੰ ਪੁੱਛ ਲਿਓ ਕਾਨਸਰਟ ਦੇ ਵਿੱਚ ਮੈਨੂੰ ਕਦੀ ਨਹੀਂ ਪਤਾ ਹੁੰਦਾ ਕਿ ਸ਼ੋਅ ਕਿਨੇ ਬੁੱਕ ਕੀਤਾ ਕਿੰਨੇ ਫਾਈਨੈਂਸਸ ਨੇ ਮਿਲ ਗਏ ਜਾਂ ਨਹੀਂ ਮਿਲ ਗਏ ਬਟ ਸ਼ੋਅ ਦੇ ਵਿੱਚ ਜਦੋਂ ਕਿਸੇ ਨੇ ਫੈਨ ਨੇ ਪੇਂਟਿੰਗ ਦਿੱਤੀ ਮੈਂ ਉਪਰ ਦੇ ਸਾਰੇ ਡਰਾਈਵਰ ਨੂੰ ਸਾਰੇ ਪੁੱਛੂਗਾ ਯਾਰ ਉਹ ਮੁੰਡੇ ਨੇ ਪਿੰਡ ਦੀ ਸੀ ਗੱਡੀ ਚ ਰੱਖ ਲਈ ਉਹਨੇ ਕੁਝ ਉਹ ਚੀਜ਼ ਦਿੱਤੀ ਸੀ ਗੱਡੀ ਚ ਰੱਖ ਲਈ ਸੋ ਮੈਨੂੰ ਉਹ ਚੀਜ਼ਾਂ ਦਾ ਬਹੁਤ ਪਿਆਰ ਆ ਤੇ ਮੈਂ ਸਜੋ ਕੇ ਰੱਖਦਾ ਕਿਉਂਕਿ ਸਰਮਾਇਆ ਜ਼ਿੰਦਗੀ ਦੀ ਉਹੀ ਦੌਲਤਾਂ ਕਮਾਈਆਂ ਰੀਜ਼ਨ ਨਹੀਂ ਹੈਗਾ ਇਹਦੀ ਆ ਕੀ ਕਹਿੰਦੇ ਆ ਜੀਓਗ੍ਰਾਫੀਕਲ ਆ ਨੀਡ ਹੈ ਜੀ ਕਿਉਂਕਿ ਸਾਡੀਆਂ ਜੀਓਗ੍ਰਾਫੀਕਲ ਨੀਡ ਕਿ ਉਹਦਾ ਕੀ ਕਹਾਂ ਉਹਨੂੰ ਕੀ ਨਿਊਨੈਸਲੀ ਆਂਦੀ ਹੈ ਮੈਨੂੰ ਨਿਊਨੈਸ ਨਹੀਂ ਫਰਜ਼ ਕਰੋ ਸਾਡੀਆਂ ਵੀਡੀਓ ਜ਼ਿਆਦਾਤਰ ਅਸੀਂ ਉਧਰ ਸ਼ੂਟ ਕਰਦੇ ਆ ਕਿਉਂਕਿ ਹਿੰਦੁਸਤਾਨ 'ਚ ਸਾਨੂੰ ਟਾਈਮ ਨਹੀਂ ਹੁੰਦਾ ਨਾ ਜਦੋਂ ਅਸੀਂ ਟੂਰਸ ਤੇ ਹੁੰਦੇ ਆ ਜੇ ਆਸਟ੍ਰੇਲੀਆ ਟੂਰ ਤੇ ਗਏ ਫਰਜ਼ ਕਰੋ ਸੀ ਆਈਡੀ ਲਾਈਟ ਸ਼ੋਅ ਕੀਤਾ ਸੰਡੇ ਦਾ ਸ਼ੋਅ ਆ ਉਸ ਤੋਂ ਬਾਅਦ ਅਗਲੇ ਫਰਾਈਡੇ ਸ਼ੋਅ ਆ ਸਾਡੇ ਕੋਲ 5 ਦਿਨ ਹੈਗੇ ਆ ਮੈਂ ਵੀਡੀਓ ਡਾਇਰੈਕਟਰ ਨੂੰ ਕਹੂੰਗਾ ਯਾਰ ਜਸਟ ਫ্লাই ਕਰ ਇੱਥੇ ਆ ਜਾ ਮੇਰੇ ਕੋਲ 5 ਦਿਨ ਹੈਗੇ ਆ ਇਥੇ ਲੋਕੇਸ਼ਨ ਲਵਡ ਤੇ ਠੀਕ ਹੈ ਜਿੱਥੇ-ਜਿੱਥੇ ਸੋ ਉਹ ਫਿਰ ਸਾਰਾ ਕੁਝ ਅਰੇਂਜ ਕਰਦਾ ਉੱਥੇ ਜਿਹੜਾ ਵੀ ਮਾਡਲ ਅਵੇਲੇਬਲ ਹੁੰਦਾ ਉਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੁੰਦਾ اچھا ਯਾਰ ਦਿਸ ਇਜ਼ ਦਿਸ ਇਜ਼ ਚਲੋ ਜੀ ਉਹਨਾਂ ਨੇ ਹੈਂਡਲ ਕਰ ਲੈ ਕੇ ਵੀ ਮੈਂ ਤੇ ਉੱਥੇ ਜਾ ਕੇ ਦੇਖਦਾ ਸੈੱਟ ਤੇ ਕਿ ਅੱਛਾ ਦਿਸ ਇਜ਼ ਅ ਗਰਲ ਹੂ ਇਸ ਪਲੇਇੰਗ ਦ ਫੀਮੇਲ ਕੈਰੈਕਟਰ ਤੇ ਇਸੇ ਤਰ੍ਹਾਂ ਜੀ ਤੁਸੀਂ ਸਰੀਫ ਕਰ ਰਹੇ ਹੋ ਤੇ ਉੱਥੇ ਨਵਰਾਜ ਨੇ ਸਾਡੀਆਂ ਜਿੰਨੀਆਂ ਵੀਡੀਓ ਕੀਤੀਆਂ ਨੇ ਉਹਨੂੰ ਪਤਾ ਹੁੰਦਾ ਕਿ ਅੱਛਾ ਅਲੋਕੇਸ਼ਨ ਯੂਜ਼ ਹੋ ਗਈ ਇਹ ਨਹੀਂ ਕਰਨੀ ਇਹ ਦਿਸ ਇਜ਼ ਦਿਸ ਉਹ ਇਹਦਾ ਮੈਨੇਜ ਕਰ ਲੈਂਦੇ ਇਸ ਵਾਰੀ ਸੰਦੀਪ ਆਸਟ੍ਰੇਲੀਆ ਸੈੱਟ ਨਾਲ ਚਲ ਗਿਆ ਸੀ ਜਿਵੇਂ ਯੂਕੇ ਜਾਣੇ ਆ ਤੇ ਸਨੀਟੀ ਐਂਸ ਨੇ ਜਿੱਦਾ ਉਡਾਰੀਆਂ ਸ਼ੂਟ ਕਰ ਲਿਆ ਉਹ ਇੰਗਲੈਂਡ ਦੀ ਕੁੜੀ ਸੀ ਪਿਆ ਕਿਹੜਾ ਸੀਗਾ ਹੁਣੇ ਗਾ ਉਹਦੇ ਚ ਐਡਿਲੇਡ ਦੀ ਕੁੜੀ ਸੀ ਇੱਕ ਅਸੀਂ ਮੈਲਬਨ ਕੀ ਤਾਂ ਮੈਲਬਨ ਦੇ ਨੇੜੇ ਗੁਰਮੁਖੀ ਦਾ ਬੇਟਾ ਉੱਥੇ ਮੈਲਬਨ ਤੋਂ ਉਹਨਾਂ ਨੇ ਉਹ ਕਰ ਲਿਆ ਤੇ ਇਸ ਤਰ੍ਹਾਂ ਜਿੱਥੇ ਜਿੱਥੇ ਅਸੀਂ ਜਾਣਦੇ ਆ ਜਨਰਲੀ ਜਿਹੜਾ ਜਿਹੜੀ ਚੀਜ਼ ਦੀ ਅਵੇਲੇਬਿਲਟੀ ਹੁੰਦੀ ਹੈ ਉਹ ਕਰ ਦਿੰਦੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਰਾਜ਼ ਨਹੀਂ ਜਦੋਂ ਗੁਰਮੁਖੀ ਦੀ ਪਰਵਰਿਸ਼ ਜਾਂ ਪੈਦਾਇਸ਼ ਹੋਈ ਹੈ ਨਾ ਅ शेख ਫਰੀਦ ਦੇ ਨਾਲ ਲਰ ਜਦੋਂ ਗੁਰ ਨਾਲਖ ਸਾਹਿਬ ਦੀ ਪੱਟੀ ਆਉਂਦੀ ਹੈ ਉਦੋਂ ਸਾਡੀ ਪੰਜਾਬੀ ਜ਼ਬਾਨ ਦੇ ਉੱਤੇ ਬ੍ਰਜ ਦਾ ਸੰਸਕ੍ਰਿਤ ਦਾ ਸਾਰੀਆਂ ਜ਼ਬਾਨਾਂ ਦਾ ਬਹੁਤ ਸਟਰੋਂਗ ਇਮਪ੍ਰੈਸ਼ਨ ਹੈ ਤੁਸੀਂ ਕਦੀ ਗੁਰਬਾਣੀ ਜੇ ਪੜ੍ਹਦੇ ਆ ਨਾ ਉਹਦੇ ਵਿੱਚ ਅੱਜ ਦੀ ਪੰਜਾਬੀ ਦਾ ਐਲੀਮੈਂਟ ਤੁਹਾਨੂੰ ਕਿਤੇ ਨਹੀਂ ਮਿਲਦਾ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਤ ਦੁੱਧ ਭਗਵੰਤਾ ਪ੍ਰੀਤ ਭਗਵੰਤਾ ਮਿਲਤੇ ਇਹ ਸਾਰੇ ਲਫ਼ਜ਼ਾਂ ਨੂੰ ਤੁਸੀਂ ਕੀ ਕਹੋਗੇ ਹਣ ਸਹੀ ਹੈ ਇਹ ਇਸ ਕਰਕੇ ਇਹ ਉਹ ਵੰਡੀਆਂ ਪਾਉਣੀਆਂ ਇੱਕ ਹੋਰ ਚੀਜ਼ ਹੈ ਪਰ ਤੁਸੀਂ ਜਿੱਥੋਂ ਕੋਈ ਚੀਜ਼ ਸਾਂਸਕ੍ਰਿਤਿਕ ਦੇ ਤੌਰ ਤੇ ਤੁਰੀ ਹੋਈ ਆ ਸਾਡੇ ਸਾਡੀ ਵਿਲਾਸਤ ਦੇ ਤੌਰ ਤੇ ਤੁਰੀ ਹੋਈ ਆ ਉਹ ਐਲੀਮੈਂਟ ਔਰ ਦੂਸਰੀ ਗੱਲ ਔਰ ਇਹ ਮੈਂ ਜ਼ਬਰਦਸਤੀ ਨਹੀਂ ਕੀਤਾ ਜੀ ਜਾਤੇ ਹੋ ਨਾ ਕਿ ਯਾਰ ਮੈਂ ਨੋਇੰਗਲੀ ਇਹ ਲਫ਼ਜ਼ ਇਸਤੇਮਾਲ ਕੀਤਾ ਜਾਂ ਨੋਇੰਗਲੀ ਇਹ ਲਫ਼ਜ਼ ਇਸਤੇਮਾਲ ਨਹੀਂ ਕੀਤਾ ਇਹ ਆਇਆ ਇਸ ਤਰ੍ਹਾਂ ਮੇਰੀ ਤੇ ਮੈਂ ਕੋਈ ਇੱਕ ਖੂਬੀ ਆਪਣੀ ਕੋਈ ਸਮਝਦਾ ਕਿ ਮੈਨੂੰ ਜੋ ਆਉਂਦਾ ਮੈਂ ਐਸ ਵਰਜਨ ਪੋਸਿਬਿਲਟੀਜ਼ ਦੇ ਵਿੱਚ ਇਹਨੂੰ ਰੱਖਣ ਦੀ ਕੋਸ਼ਿਸ਼ ਕਰਦਾ ਮੇਰੇ ਜਨ ਵਿੱਚ ਕਿਤੇ ਨਾ ਕਿਤੇ ਰੰਗਰੇਟਾ ਗੁਰੂ ਦਾ ਬੇਟਾ ਲਫ਼ਜ਼ ਬੈਠਾ ਹੋਣਾ ਮੇਰੇ ਖਿਆਲ ਚ ਕਿਉਂਕਿ ਤੁਸੀਂ ਮੇਰਾ ਪਿਛੋਕੜ ਸਿੱਖੀ ਦਾ ਹੈ ਮੇਰੇ ਦਾਦੀ ਜੀ ਤੋ ਲੈ ਕੇ ਸਾਨੂੰ ਗੁੜਤੀ ਇਸ ਚੀਜ਼ ਦੀ ਮਿਲੀ ਜਾ ਮੈਂ ਚੰਤੀ ਦੀ ਚੌਥੀ ਜਮਾਤ ਸੀਗਾ ਜਦੋਂ ਮੈਨੂੰ ਲੱਗਦਾ ਮੈਂ ਹੁਕਮਨਾਮਾ ਲੈਣ ਲੱਗਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਉਹਦੇ ਤਾਬਿਆਂ ਤੇ ਬੈਠ ਕੇ ਸੋ ਉਹ ਚੀਜ਼ਾਂ ਮੇਰੇ ਜ਼ੈਨੋ ਦਿਲ ਚ ਨੇ ਮੇਰੇ ਸਬਕੌਨਸ਼ੀਅਸ ਚ ਹੈਗੀਆਂ ਨੇ ਇਸ ਕਰਕੇ ਜਿਹੜੀ ਚੀਜ਼ ਅਨਕੌਨਸ਼ੀਅਸ ਜਾਂ ਸਬਕੌਨਸ਼ੀਅਸ ਚ ਆਉਂਦੀ ਹੈ ਉਹ ਮੋਰ ਪਰਫਾਰਮਡ ਹੁੰਦੀ ਹੈ ਉਹ ਚਿਰਸਦੀ ਵੀ ਹੁੰਦੀ ਹੈ ਉਹਦੀ ਉਮਰ ਜ਼ਿਆਦਾ ਹੁੰਦੀ ਹੈ ਇਹ ਇਸ ਇਸੇ ਕਰਕੇ ਮੈਨੂੰ ਲੱਗਦਾ ਕਿਸੇ ਬਹੁਤ ਘੱਟ ਲੋਕ ਹੋਣਗੇ ਜਿਹਨੂੰ ਜਿਨ੍ਹਾਂ ਨੇ ਨੋਟਿਸ ਕੀਤਾ ਹੋਊਗਾ ਕਿ ਯਾਰ ਇਹ ਲਫ਼ਜ਼ ਕਿਹੜਾ ਆ ਜਨਰਲੀ ਕਿਸੇ ਨੂੰ ਹਰ ਬੰ ਆਪਨੀ ਜ਼ੁਬਾਨ ਭੁੱਲ ਰਿਆ ਸੀ ਮੈਂ ਤੇ ਆਪਣੀ ਲਿਪੀ ਭੁੱਲ ਰਿਆ ਸੀ ਸੋ ਮੈਨ ਲੱਗਦਾ ਕਹਾਣੀਆਂ ਮੈਂ ਤਾਂ ਹੁਣ ਸ਼ਾਇਰੀ ਕਰਨ ਦੇ ਲਈ ਵਕਤ ਮਿਲਦਾ ਜੀ ਕਹਾਣੀਆਂ ਲਈ ਕੀ ਹੈ ਬਟ ਮੈਂ ਉਹਦਾ ਕਨਸੈਪਟ ਥੋੜਾ ਜਿਹਾ ਜ਼ੈਨ ਚ ਰੱਖ ਲੈਣਾ ਫਿਰ ਮੈਂ ਜੇ ਕੋਈ ਮੁੰਡਾ ਜਿਹਦਾ ਆਪਣੀ ਪਾਸ਼ੇ ਸੀਗਾ ਸਾਡਾ ਇਹੀ ਡਾਇਰੈਕਟਰ ਹੈ ਉਹਨੂੰ ਮੈਂ ਕਹੂੰਗਾ ਪਾਸ਼ੇ ਯਾਰ ਇਹਦਾ ਇਹ ਚੀਜ਼ ਐ ਨੂੰ ਇਹਦੀ ਬੁਣਤੀ ਕਰ ਲੈ ਥੋੜੀ ਵੀਵਿੰਗ ਕਰ ਲੈ ਤੇ ਸਕ੍ਰੀਨ ਪਲੇ ਕਰ ਲੈ ਸੋ ਉਸ ਤਰ੍ਹਾਂ ਹੋ ਜਾਂਦਾ ਤੇ ਪਰ ਇਸ ਦਾ ਪਾਰਟਿਕੂਲਰਲੀ ਇੱਕ ਮੈਂ ਜ਼ਰੂਰ ਸ਼ੁਰੂ ਕੀਤੀ ਸੀ ਉਹ ਹਾਲੇ ਮੈਂ ਦੱਸ ਨਹੀਂ ਸਕਦਾ ਜਿਹੜੀ ਕਿ ਮੇਰੀ ਜ਼ਿੰਦਗੀ ਦਾ ਮੋਸਟ ਜਿੰਮਕ ਦੀ ਜ਼ਿੰਦਗੀ ਚ ਕੋਈ ਹੋਰ ਫਿਲਮ ਬਣਾਉਗਾ ਦਾ ਮੇਰਾ ਕਾਈਂਡ ਆਫ ਅ ਡ੍ਰੀਮ ਪ੍ਰੋਜੈਕਟ ਆਫਟਰ ਦਾ ਬਲੈਕ ਪ੍ਰਿੰਸ ਤੇ ਉਹਦੀ ਸਕ੍ਰੀਨ ਪਲੇ ਦਾ ਦੱਸਦੀ ਗੱਲ ਹੈ ਮੈਂ ਨਹੀਂ ਕੀਤਾ ਡਾਇਲੋਗ ਵੀ ਨਹੀਂ ਲਿਖੇ ਪਰ ਉਹਦੀ ਮੈਂ ਸਟੋਰੀ A to Z ਰਿਲੀਜੀਅਨ ਦੀ ਹੁਣ ਮੈਂ ਕਹੂੰਗਾ ਨਾ ਮੈਂ ਕਲਚਰ ਦੀ ਨਹੀਂ ਕਹਿੰਦਾ ਸਪੈਸ਼ਲੀ ਹਰ ਇੱਕ ਮਜ਼ਬਦ ਦੀ ਆਪਣੀ ਇੱਕ ਤਹਿਜ਼ੀਬ ਉਹ ਲਿਆਕਤ ਹੁੰਦੀ ਹੈ ਤੁਸੀਂ ਇਸਲਾਮ ਚ ਕਦੀ ਕਿਸੇ ਦੀ ਤਸਵੀਰ ਨਹੀਂ ਵੇਖੀ ਹੋਣੀ ਅਜ ਤੱਕ ਜੀ ਬਿਲਕੁਲ ਹੈ ਨਾ ਕੈਪ ਵਾਈਟ ਆਤੀ ਹੈ ਬਿਲਕੁਲ ਤੇ ਉਹ ਉਹਨਾਂ ਦਾ ਇੱਕ ਉਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਆ ਹੈ ਨਾ ਉਹ ਬੁਧਪਰਸਤੀ ਦੇ ਬਹੁਤ ਖਿਲਾਫਤ ਕਰਦੇ ਨੇ ਜੀ ਇਸੇ ਕਰਕੇ ਹੁਣ ਤੁਸੀਂ ਜੋ ਮਰਜ਼ੀ ਕਹੋ ਪਰ ਜਿੰਨੇ ਉਹ ਪੱਕੇ ਮਜ਼ਬੀ ਹੁੰਦੇ ਆ ਮੰਨਦਾ ਦੁਨੀਆ ਤੇ ਹੋਰ ਬਹੁਤ ਰੇਅਰ ਹੋਣਗੇ ਜੀ ਬਿਲਕੁਲ ਉਹਦੇ ਪਿੱਛੇ ਇਹ ਸਟਰੋਂਗ ਪੁਆਇੰਟ ਆ ਉਹ ਵੱਖਰੀ ਗੱਲ ਐ ਕਿ ਉਹ ਮਜ਼ਹਬ ਦੀ ਕਟੜਤਾ ਕਿਸੇ ਹੋਰ ਪਾਸੇ ਨੂੰ ਚੱਲੇ ਜਾਂਦੀ ਆ ਉਹਦੇ ਪੋਜ਼ਿਟਿਵ ਜਾਂ ਨੈਗੇਟਿਵ ਕੀ ਆ ਉਹ ਮੈਂ ਜਾਇਜ਼ ਨਹੀਂ ਸਮਝਦਾ ਕਿ ਮੈਂ ਉਹਦਾ ਉਹਨੀ ਅਕੜ ਰੱਖਦਾ ਕਿ ਮੈਂ ਉਹਨਾਂ ਚੀਜ਼ਾਂ ਨੂੰ ਜਸਟੀਫਾਈ ਕਰ ਸਕਾਂ ਬਟ ਸਾਡੀ ਜਿਸ ਕੌਮ ਜਾਂ ਮਜ਼ਹਬ ਜਿਸੀ ਪੈਦਾ ਹੋਇਆ ਇਹਦੀ ਆਪਣੀ ਇੱਕ ਤਸੀਬੋ ਲਿਆਕਤ ਸ਼ੁਰੂ ਤੋਂ ਬਣੀ ਆ ਰਹੀ ਐ ਜੀ ਇਦੇ ਵਿੱਚ ਸਾਡਾ ਨਾ ਤਾਂ ਕੋਈ ਹੋਨਰ ਹੈ ਨਾ ਹੱਕ ਆ ਕਿ ਮੈਂ ਇੰਡੀਵਿਜੂਅਲਿਸਟਿਕ ਹੋ ਕੇ ਉਸ ਚੀਜ਼ ਨੂੰ ਕਹਾਂ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿ ਸਤਿ ਜੀ ਕਹਿੰਦਾ ਕਿ ਉਹਦਾ ਇੱਕ ਪੈਨਲ ਚੈਂਬਰ ਜੀ ਬਣ ਜੇ ਜਿਹੜੇ ਕੰਟੈਂਪੋਰੀ 20 21st ਸੈਂਚਰੀ ਦੇ ਮੋਸਟ ਪਰਫਾਉਂਡ ਬੁੱਧੀਜੀਵੀ ਜਿਹਨਾਂ ਨੂੰ ਤੁਸੀਂ ਕਹਿੰਦੇ ਆ ਸਕਾਲਰ ਸਾਡੇ ਇਹਦੇ ਜਿਹੜੇ ਕਿ ਪੰਜਾਬ ਤੋਂ ਬਾਹਰ ਵਾਲੇ ਪੰਜਾਬ ਚ ਵੀ ਬਹੁਤ ਵਸਦੇ ਨੇ ਪੰਜਾਬ ਚ ਜ਼ਾਹਰ ਜੀ ਗੱਲ ਆ ਬਹੁਤ ਵਸਦੇ ਆ ਜਿਹੜੇ ਇਸ ਗੱਲ ਦਾ ਡਿਸੀਜਨ ਲੈ ਸਕਦੇ ਆ ਕਿ ਇਫ ਯੂ ਵਾਂਟ ਟੂ ਅਲਾਉ ਅਸ ਕਿ ਅਸੀਂ ਕਿਸੇ ਕਿਰਦਾਰ ਨੂੰ ਪੋਰਟਰੇ ਕਿਸੇ ਆਮ ਕਿਰਦਾਰ ਤੋਂ ਹਿਊਮਨ ਤੋਂ ਕਰਵਾਣਾ ਚਾਹੁੰਦੇ ਆ ਕਿਉਂਕਿ ਉਹ ਜਿਹੜੀ ਅਵਸਥਾ ਹੈ ਨਾ ਮੈਨੂੰ ਲੱਗਦਾ ਇਹਦੇ ਪਿੱਛੇ ਰੀਜ਼ਨ ਇਹ ਹੋਣਾ ਕਿ ਤੁਸੀਂ ਅ ਗੁਰਬਾਣੀ ਦਾ ਕੋਈ ਟੁਕ ਲੈ ਲਓ ਉਹ ਜਿਸ ਵਿਸਮਾਤ ਉਚਰੀ ਗਈ ਹੋएगी ਜੇਕਰ ਕਿਸੇ ਕੈਰੈਕਟਰ ਨੇ ਉਹ ਪੋਰਟਰੇ ਕਰਨਾ ਤੇ ਉਹਨੂੰ ਉਸ ਵਿਸਮਾਤ ਦਾ ਅਹਿਸਾਸ ਹੋਣਾ ਚਾਹੀਦਾ ਉਸ ਐਕਸਟੇਸੀ ਦੀ ਸਬਲਾਈਮ ਸਟੇਟਸ ਤਾਂ ਪਤਾ ਹੋਣਾ ਚਾਹੀਦਾ ਓ ਕਿ ਉਹ ਕੀ ਐ ਜਿੱਦਾਂ ਕੋਈ ਵੀ ਕੁਰਬਾਨੀ ਦੀ ਟੋਕ ਲੈ ਲਓ ਸੋ ਉਹ ਉੱਥੇ ਤੱਕ ਪਹੁੰਚਣਾ ਇੰਪੋਸੀਬਲ ਤਾਂ ਜ਼ਾਹਿਰ ਜੀ ਗੱਲ ਐ ਸਾਡੇ ਵਰਗੇ ਲੋਕਾਂ ਲਈ ਹੈਗਾ ਪਰ ਜਿਹਦੇ ਨੇ ਹੋ ਕੇ ਇਨਲਾਈਟਨ ਹੋਏ ਨੇ ਗੁਰੂ ਸਾਹਿਬ ਤੋਂ ਬਾਅਦ ਵੀ ਹੋ ਸਕਦਾ ਉਹਨਾਂ ਚੰਨੀ ਕੂਵਤ ਹੋਵੇ ਕਿ ਉਹ ਸੇਮ ਹੀ ਵਿਸਮਾਦ ਹੋਵੇ ਐਕਸਟੇਸੀ ਹੋਵੇ ਜਿਹੜੀ ਮਹਾਤਮਾ ਬੁੱਧ ਨੇ ਦੇਖੀ ਜਿਹੜੀ ਜੀਜ਼ਸ ਕ੍ਰਾਈਸ ਨੇ ਦੇਖੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਦੇਖੀ ਜਾ ਜਿਹੜੇ ਵੀ ਲੋਕ ਦੁਨੀਆ ਦੇ ਇਨਲਾਈਟਡ ਹੋਏ ਉਹਨਾਂ ਨੇ ਦੇਖੀ ਉਹ ਤੇ ਸਾਰੇ ਇੱਕੋ ਸਟੇਟ ਆਫ ਮਾਈਂਡ ਦੇ ਲੋਕ ਹੋਣਗੇ ਉਹ ਇੱਕ ਦੂਜੇ ਨੂੰ ਤੇ ਪੋਰਟਰੇ ਕਰ ਸਕਦੇ ਆ ਬੁੱਧ ਨਾਨਕ ਹੋ ਸਕਦਾ ਨਾਨਕ ਬੁੱਧ ਹੋ ਸਕਦਾ ਪਰ ਆਮ ਆਵਾਮ ਦੇ ਲੋਕ ਉਸ ਕਿਰਦਾਰ ਨੂੰ ਪੋਰਟਰੇ ਕਰਨ ਦੇ ਲਈ ਉਹਨਾਂ ਨੂੰ ਲੱਗਦਾ ਕਿ ਇਹ ਜਾਇਜ਼ ਨਹੀਂ ਆ ਕਿ ਤੁਸੀਂ ਇੱਕ ਇਹੋ ਜਿਹੀ ਹਸਤੀ ਜਿਹੜੀ ਕਿ ਇੱਕ ਹਿਊਮਨ ਫਾਰਮ 'ਚ ਤੁਹਾਨੂੰ ਸਿਰਫ ਕੁਝ ਦੱਸਣ ਆਈ ਸੀ ਬਟ ਉਹ ਇੱਕ ਐਸਾ ਆਤਮਾ ਸੀ ਜਿਹੜੀ ਪਰਮਾਤਮਾ ਹੀ ਸੀ ਬੇਸਿਕਲੀ ਯਾਨੀ ਆਤਮਾ ਦੇ ਤਿੰਨ ਉਹ ਹੁੰਦੇ ਆ ਇੱਕ ਆਤਮਾ ਇੱਕ ਮਹਾ ਆਤਮਾ ਜਿਹਨੂੰ ਮਹਾਤਮਾ ਕਹਿੰਦੇ ਆ ਇੱਕ ਪਰਮ ਆਤਮਾ ਜਿਹਨੂੰ ਪਰਮਾਤਮਾ ਕਹਿੰਦੇ ਆ ਸੋ ਇਹ ਸਾਤਮਾ ਦਾ ਇਸ ਸਟੇਟਸ ਤੇ ਆ ਕੇ ਕੈਰੈਕਟਰ ਦੇ ਤੌਰ ਤੇ ਐਕਟ ਕਰਨਾ ਜਨਰਲੀ ਪੋਸੀਬਲ ਨਹੀਂ ਹੁੰਦਾ ਪਰ ਜੇ ਸਾਰੇ ਸਕਾਲਰਸ ਇਸ ਗੱਲ ਨੂੰ ਸਮਝਦੇ ਆ ਕਿ ਯਾਰ ਕਿ ਸਮ ਹੋ ਸਾਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੀ ਸਾਡੀ ਅਗਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਸਾਡੀ ਵਿਜ਼ਡਮ ਉਹਨਾਂ ਨੂੰ ਸਾਡੀ ਗਲੋਰੀ ਉਹਨਾਂ ਨੂੰ ਸਾਡੇ ਸਾਡੀਆਂ ਅਚੀਵਮੈਂਟਸ ਪਤਾ ਹੋਣ ਉਦਲੇ ਉਹ ਇਸ ਗੱਲ ਦਾ ਡਿਸੀਜਨ ਲੈ ਸਕਦੇ ਜੇ ਉਹਨਾਂ ਨੂੰ ਜਾਇਸ ਲੱਗਦਾ ਔਰ ਉਸ ਤੋਂ ਬਾਅਦ ਫਿਰ ਕਿੰਨਾ ਕੋਈ ਸਾਡੇ ਕੋਲ ਪਿਆ ਫਿਰ ਤੇ ਇੱਕ ਪੋਸੀਬਿਲਿਟੀ ਹੈਗੀਆਂ ਨੇ ਜੇਕਰ ਤੁਸੀਂ ਪਰ ਤੁਹਾਡੇ ਕੋਲ ਪਤਾ ਕੀ ਹੈ ਫਿਰ ਜੇਕਰ ਤੁਸੀਂ فرض ਕਰੋ ਕੋਈ ਕੈਰੈਕਟਰ ਹੈ ਜਿਹੜਾ ਤੁਹਾਡੇ ਸਭ ਇਹ ਗੱਲ ਗੁਰੂ ਸਾਹਿਬਾਂ ਤੇ ਲਾਗੂ ਹੁੰਦੀ ਹੈ ਮੈਂ ਖਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਜਿਹੜੇ ਸ਼ਹੀਦ ਨੇ ਜਾਂ ਜਿਹੜੇ ਸੇਵਕ ਨੇ ਜਾਂ ਜਿਹੜੇ ਜਿਹੜੀਆਂ ਹੋਰ ਪਦਵੀਆਂ ਨੇ ਸਾਡੇ ਗੁਰੂ ਸਾਹਿਬਾਂ ਤੋਂ ਇਲਾਵਾ ਮੈਨੂੰ ਲੱਗਦਾ ਉਹਨਾਂ ਤੇ ਤੁਸੀਂ ਹੋਰ ਵੀ ਜ਼ਿਆਦਾ ਪਰਫਾਉਂਡਲੀ ਮਨੂਟਲੀ ਸੋਚ ਸਕਦੇ ਕਿ ਯਾਰ ਉਹਨਾਂ ਨੂੰ ਕੋ ਟ੍ਰੇ ਕੀਤਾ ਜਾ ਸਕਦਾ ਇੱਕ ਤੇ ਪਦਵੀ ਹੁੰਦੀ ਹੈ ਕਿ ਜਿਨ੍ਹਾਂ ਵਰਗਾ ਕੋਈ ਨਹੀਂ ਜਿਹੜੇ ਵਾਹਿਗੁਰੂ ਵੀ ਨੇ ਤੇ ਵਾਹਿਦ ਗੁਰੂ ਵੀ ਨੇ ਵਾਹਿਦ ਦਾ ਮਤਲਬ ਹੁੰਦਾ ਇਕਲੌਤੇ ਬਸ ਇਹੀ ਨੇ ਮੇਰੇ ਖਿਆਲ 'ਚ ਔਰ ਜਿਹੜੀਆਂ ਬਾਕੀ ਤੁਸੀਂ ਪਹਿਜਤਾ ਜਿਹਦੀ ਗੱਲ ਕੀਤੀ ਜਾਂ ਜਿਹੜੀਆਂ ਬਾਕੀ ਸ਼ਖਸੀਤਾ ਨੇ ਸਾਡੀ ਕੌਮ ਦੀਆਂ ਜਿਹੜਾ ਤੁਸੀਂ ਚਾਹੁੰਦੇ ਆ ਕਿ ਹੋਰਾਂ ਲੋਕਾਂ ਤੱਕ ਜਾਣ ਜਿਹੜੀਆਂ ਤਸਵੀਰਾਂ ਦੇ ਤਹਿਤ ਜਾਏ ਰਹੀਆਂ ਨੇ ਜੇ ਉਹਨਾਂ ਦੀ ਤਸਵੀਰ ਹੋ ਸਕਦੀ ਆ ਤੇ ਉਹਨਾਂ ਦਾ ਕੈਰੇਕਟਰ ਮੈਨੂੰ ਲੱਗਦਾ ਉਸ ਬਾਰੇ ਸੋਚੋ ਤਾਂ ਇਹਦੇ ਦੋ ਨਜ਼ਰੀਏ ਨੇ ਜਿਸ ਤਰ੍ਹਾਂ ਜੇ ਕੋਈ ਮੈਨੂੰ ਅੱਜ ਕਹੇਗਾ ਯਾਰ ਤੁਸੀਂ ਸਾਰੀ ਦੁਨੀਆ ਘੁੰਮਦੇ ਹੋ ਤੁਸੀਂ ਉੱਥੇ ਸੈਟਲ ਹੋ ਜਾਓ ਤੇ ਮੈਨੂੰ ਲੱਗਦਾ ਕਿ ਨਹੀਂ ਮੈਂ ਤੇ ਇੱਥੇ ਠੀਕ ਆ ਉਹਦੀਆਂ ਵਜਾਹਤ ਬਹੁਤ ਹੋ ਸਕਦੀਆਂ ਪਹਿਲੀ ਗੱਲ ਤੇ ਹੈ ਕਿ ਤੁਸੀਂ ਚਲੋ ਫਾਈਨੈਂਸ਼ਲੀ ਠੀਕ ਵਰਕੇਬਲ ਹਾਂ ਨਾ ਤੁਸੀਂ ਸਰਵਾਈਵ ਕਰ ਸਕਦੇ ਹੋ ਜਿਹੜੇ ਲੋਕ ਮੇਰੇ ਖਿਆਲ ਚ ਜਾਂਦੇ ਨੇ ਉਹਨਾਂ ਦਾ ਫਸਟ ਐਟ ਲੀਸਟ ਨਾ ਇਫ ਨਾਟ ਲਾਸਟ ਰੀਜ਼ਨ ਹੁੰਦਾ ਫਾਈਨਾਂਸ ਜੀ ਬਈ ਸਿਸਟਮ ਨਹੀਂ ਹੁੰਦਾ ਕਿ ਇੱਥੇ ਯਾਰ ਸਿਸਟਮ ਨਹੀਂ ਠੀਕ ਅਸੀਂ ਤਾਂ ਆ ਗਏ ਇਸ ਤਰ੍ਹਾਂ ਤੁਸੀਂ ਕਦੀ ਆਮ ਜਿਹੜੇ ਬੰਦੇ ਮੋਗੇ ਦੇ ਮੁੰਡਾ ਅੱਠ ਕੇ ਨਿਊਜ਼ੀਲੈਂਡ ਗਿਆ ਤੁਸੀਂ ਉਹਨੂੰ ਪੁੱਛੋ ਇਹ ਨਹੀਂ ਕਹੋਗੇ ਯਾਰ ਉੱਥੇ ਸਿਸਟਮ ਨਹੀਂ ਠੀਕ ਮੈਂ ਤਾਂ ਆ ਗਿਆ ਉਹਨੇ ਹੀ ਹੋਊਗਾ ਕਿ ਯਾਰ ਇੱਥੇ ਮੈਨੂੰ ਪੈਸੇ ਜ਼ਿਆਦਾ ਕਮਾ ਸਕਦਾ ਮੈਂ ਇਸ ਲਈ ਆ ਗਿਆ ਪਹਿਲੀ ਗੱਲ ਤਾਂ ਇਹ ਚੀਜ਼ ਤੁਸੀਂ ਦਿਮਾਗ ਚ ਬਿਠਾ ਲਓ ਸਿਸਟਮੈਟਿਕਲੀ ਤੇ ਹਰ ਇੱਕ ਦੀਆਂ ਖਾਮੀਆਂ ਕਮੀਆਂ ਹੁੰਦੀਆਂ ਨੇ ਇੱਕ ਨੇਚਰ ਹੁੰਦੀ ਆ ਹਰ ਇੱਕ ਕੰਟਰੀ ਦੀ ਇੱਥੇ ਜੇ ਧੂੜ ਉੱਡਦੀ ਆ ਤੇ ਉੱਡਦੀ ਆ ਇਹਨੂੰ ਤੁਸੀਂ ਹਟਾ ਨਹੀਂ ਸਕਦੇ ਇਹ ਸਾਡੀ ਕੰਟਰੀ ਦੀ ਇਹਨੂੰ ਜਾਂ ਬਿਊਟੀ ਸਮਝ ਲਓ ਇੱਥੋਂ ਦੀ ਗਰਮੀ ਨੂੰ ਲੋਕ ਮਾਨਣ ਆਉਂਦੇ ਆ ਗੋਰੇ ਰਾਜਸਥਾਨ ਚ ਠੀਕ ਹੈ ਜੀ ਅਸੀਂ ਠੰਡੇ ਮਿਲਕਲ ਜਾਂਦੇ ਹਾਂ ਸੋ ਇਸ ਕਰਕੇ ਜਿਹੜੇ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਉਹਨੂੰ ਦੇਖਣ ਆਉਂਦਾ ਬੇਸਿਕਲੀ ਇਹ ਆਪੋਜ਼ਿਟ ਅਟਰੈਕਟਸ ਵਾਲੀ ਹੀ ਗੱਲ ਹੈ ਹੈਨਾ ਦੂਸਰਾ ਇਹ ਹੈਗਾ ਕਿ ਦੇਖੋ ਦੇਖੀ ਬਹੁਤ ਆ ਜੀ ਬੇਸਿਕਲੀ فرض ਕਰੋ ਜਦੋਂ ਇੱਕ ਕੁਣਵੇ ਚੋਂ ਜਾਂ ਇੱਕ ਫੈਮਿਲੀ ਚੋਂ ਤਾਇ ਦਾ ਮੁੰਡਾ ਬਾਹਰ ਚਲ ਜਾਂਦਾ ਤੇ ਉਹ ਜਾ ਕੇ ਉਹਨੂੰ ਹਾਲਾਂਕਿ ਉਹ ਉੱਥੇ ਪਰੇਸ਼ਾਨ ਹੁੰਦਾ ਵੱਧ ਮੈਂ ਤੁਹਾਨੂੰ ਇਹ ਅੰਦਰਲੀ ਗੱਲ ਦੱਸਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਮੈਂ ਨਿਊਜ਼ੀਲੈਂਡ ਦੀ ਪਾਰਟਿਕੂਲਰ ਇਸ ਕਰਕੇ ਉਦਾਹਰਨ ਦਿੰਦਾ ਕਿ ਉੱਥੇ ਸਭ ਤੋਂ ਯੰਗ ਬੱਚੇ ਜਾਂਦੇ ਆ ਪੜਨ 18 ਸਾਲ ਤੋਂ 21 ਸਾਲ ਦੇ ਵਿੱਚ ਜਿਹੜੀ ਰੇਸ਼ੋ ਹੈ ਸਭ ਤੋਂ ਵੱਧ ਮੈਨੂੰ ਲੱਗਦਾ ਨਿਊਜ਼ੀਲੈਂਡ ਜਾਂਦੀ ਹੈ ਜਾਂ ਮੈਂ ਗਲਤ ਵੀ ਹੋ ਸਕਦਾ ਕਿਉਂਕਿ ਮੈਂ ਉੱਥੇ ਮਿਲਿਆ ਜਾਦਾ ਸਟੂਡੈਂਟਸ ਨੂੰ 25 ਦਿਨ ਹੋਏ ਸੀ ਮੁੰਡੇ ਨੂੰ ਗਏ ਨੂੰ ਅਸੀਂ ਸ਼ੋਅ ਗਏ ਮੈਂ ਕਹਾਂ ਹਾਂ ਉਹਨੇ ਬਹੁਤ ਪੈਸੇ ਲਾ ਕੇ ਬਹੁਤ ਜ਼ੋਰ ਲਾ ਕੇ ਵੀਜ਼ਾ ਲੱਗਿਆ ਹੋਣਾ ਉੱਥੇ ਗਿਆਣਾ ਤੇ ਮੈਂ ਕਹਾਂ ਹਾਂ ਜੀ ਕਿਦਾਂ ਲੱਗਦਾ ਇੱਥੇ ਬਾਜੀ ਨੇ ਉੱਥੇ ਵਧੀਆ ਸੀ ਮੈਨੂੰ ਕਹਿੰਦਾ ਸੋ ਪੈਸਾ ਜ਼ਿੰਦਗੀ ਚ ਸਾਰਾ ਕੁਝ ਨਹੀਂ ਹੁੰਦਾ ਹੋਰ ਬਹੁਤ ਕੁਝ ਨੇ ਇੱਥੇ ਤੁਹਾਡੀਆਂ ਮੁਹੱਬਤਾਂ ਨੇ ਇੱਥੇ ਤੁਹਾਡੇ ਦੋਸਤਾਨੇ ਨੇ ਇੱਥੇ ਤੁਹਾਡੀ ਜ਼ਿੰਦਗੀ ਦੀ ਮਿੱਟੀ ਦੀ ਮਹਿਕ ਸਾਰਾ ਕੁਝ ਆ ਇੱਥੇ ਬਹੁਤ ਨਜ਼ਦੀਕ ਚੀਜ਼ਾਂ ਆ ਉਥੇ ਉਹ ਦੋਕ ਚੀਜ਼ਾਂ ਦੇ ਅਟਰੈਕਸ਼ਨ ਕਰਕੇ ਤੁਸੀਂ ਇੱਥੇ ਬਹੁਤ ਕੁਝ ਛੱਡ ਕੇ ਚਲੇ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਤੁਸੀਂ ਥੋੜਾ ਜਿਹਾ ਹੋਰ ਪਰਫਾਉਂਡਲੀ ਸੋਚੋ। ਤੁਸੀਂ ਇਹ ਜੇ ਕੋਸ਼ਿਸ਼ ਕਰੋ ਕਿ ਯਾਰ ਜਿੰਨਾ ਕਿ ਫਾਈਨੈਂਸ ਉੱਥੇ ਕਮਾਉਂਦੇ ਆ ਨਾ ਜੋ ਉਨੀ ਹੀ ਮਿਹਨਤ ਇੱਥੇ ਕਰਨ ਮੈਨੂੰ ਲੱਗਦਾ ਸ਼ਾਇਦ ਪੋਸੀਬਲ ਹੈਗਾ ਆ। ਮੈਂ ਸ਼ੋਰ ਨਹੀਂ ਹੈਗਾ। ਮੈਂ ਗਲਤ ਵੀ ਹੋ ਸਕਦਾ ਕਿਉਂਕਿ ਮੈਂ ਉਸ ਉਹ ਜ਼ਿੰਦਗੀ ਨੂੰ ਇੰਨਾ ਜਿਹੜੀ ਚੀਜ਼ ਤੁਸੀਂ ਜੀ ਕੇ ਨਾ ਵੇਖੀ ਹੋਵੇ ਨਾ ਉਹਦੇ ਬਾਰੇ ਤੁਸੀਂ ਇੰਨਾ ਨਹੀਂ ਜ਼ਿਆਦਾ ਕਹਿ ਸਕਦੇ। ਮੈਂ ਸਿਰਫ ਆਈਡੀਆ ਲਾ ਸਕਦਾ। ਪਰ ਜੇ ਫਰਜ਼ ਕਰੋ ਫਾਈਨਾਂਸ ਤੁਹਾਡੇ ਸਟਰੋਂਗ ਵੀ ਹੈਗੇ ਆ ਜੇ ਤੁਹਾਨੂੰ ਕੰਫਰਟ ਜ਼ਿੰਦਗੀ ਵੀ ਮਿਲਦੀ ਆ ਕਿ ਯਾਰ ਇੱਥੇ ਬੈੱਡ ਸੋਹਣੇ ਨੇ ਇੱਥੇ ਗੀਜ਼ਸ ਸੋਹਣੇ ਨੇ ਇੱਥੇ ਸੜਕਾਂ ਸੋਹਣੀਆਂ ਨੇ ਇੱਥੇ ਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਹੈ ਪਰ ਉਹਦੇ ਬਦਲੇ ਜਿਹੜੀਆਂ ਚੀਜ਼ਾਂ ਤੁਸੀਂ ਗਵਾਉਨੇ ਆ ਉਹ ਵੀ ਬਹੁਤ ਕੀਮਤੀ ਨੇ ਜਿਹੜੀ ਤੁਹਾਡੀ ਸੋਸ਼ਲ ਲਾਈਫ ਹੈ ਨਾ ਉਹ ਤੁਹਾਡੇ ਮੁਲਕ ਦੀ ਜਿਹੜੀ ਹੋ ਸਕਦੀ ਉਹ ਕਿਤੇ ਹੋਰ ਬਹੁਤ ਘੱਟ ਰੀਅਰ ਪੋਸੀਬਲ ਹੁੰਦਾ ਸੋ ਇਸ ਕਰਕੇ ਦੋਨੋਂ ਵਾਇਸਵਰਸਾ ਨੇ ਜੇ ਨਾ ਬਾਕੀ ਫਿਤਰਤੀ ਵੀ ਗੱਲ ਆ ਜੇਕਰ ਤੁਸੀਂ ਜਾਣਾ ਹੈ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਉੱਥੇ ਜਾਣਾ ਫਿਰ ਤੁਸੀਂ ਜਾਉਂਗੇ ਤੁਸੀਂ ਮੇਰੇ ਕਹਦੇ ਰੋਕ ਨਹੀਂ ਸਕਦੇ ਮੇਰਾ ਫਰਜ਼ ਸਿਰਫ ਇੱਕ ਜ਼ਾਤੀ ਤੇ اخلاقی ਤੌਰ ਤੇ ਇਹ ਹੈ ਕਿ ਮੈਂ ਦੋਨੋਂ ਜ਼ਹਾਨ ਦੇਖੇ ਨੇ ਜਦੋਂ ਤਾਂ ਮੈਂ ਆਪਣੇ ਮਿਊਜ਼ੀਸ਼ੀਅਨਸ ਨੂੰ ਵੀ ਕਹਿਣਾ ਹੁੰਦਾ ਮੈਂ ਕਹਿੰਦਾ ਜਦੋਂ ਤੁਸੀਂ ਇੱਕ ਵਿਜ਼ਿਟ ਲਈ ਜਾਂਦੇ ਆ ਨਾ ਸ਼ੋਅ ਕਰਨ ਤੁਹਾਨੂੰ 에어ਪੋਰਟ ਦੇ ਉੱਤੇ ਬੁਕੇ ਲੈ ਕੇ ਲਿਮੋਜ਼ਿਨ ਦੇ ਵਿੱਚ ਲੈ ਕੇ ਲੋਕ ਜਾਂਦੇ ਆ ਮੈਂ ਕਦੇ ਤੁਸੀਂ ਵਿਦਆਊਟ ਸ਼ੋ ਇੱਥੇ ਆਇਓ ਫਿਰ ਜਦ ਤੁਸੀਂ 에어ਪੋਰਟ ਤੇ ਉਤਰੋਗੇ ਤਾਂ ਲੱਗੂਗਾ ਕਿ ਬੇਗਾਨਾ ਮੁਲਕ ਆ ਇੱਥੇ ਸਾਡਾ ਕੋਈ ਨਹੀਂ ਮੈਂ ਹੁਣ ਕਿੱਥੇ ਜਾਵਾਂ ਉਹ ਜਿਹੜਾ ਅਹਿਸਾਸ